ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ। ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਮੈਂ ਤੁਹਾਡੀਆਂ ਸਭ ਦੀਆਂ ਖੈਰਾਂ ਮੰਗਦਾ ਹੋਇਆ, ਦੁਆਰਾ ਮੰਗਦਾ ਹੋਇਆ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਜਾਈ ਨੂੰ ਜਲਵੇ ਜੱਗੀ ਦੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਵੀਕੈਂਡ ਤੋਂ ਬਾਅਦ ਪਹਿਲਾ ਪ੍ਰੋਗਰਾਮ ਔਰ ਅੱਜ ਦਾ ਦਿਨ ਤੁਹਾਡੇ ਵਾਸਤੇ ਰਾਖਵਾਂ ਹੁੰਦਾ। ਜਿਵੇਂ ਮੈਂ ਨੁਸਰਤ ਸਾਹਿਬ ਦੀਆਂ ਸਤਰਾਂ ਪਹਿਲਾਂ ਪੜ੍ਹੀਆਂ ਨੇ ਅਤੇ ਅੱਜ ਦਾ ਸੁਨਹਿਰੀ ਸਫ਼ਰ ਜਿਹੜਾ ਹੈਗਾ ਤੁਹਾਡੇ ਨਾਲ ਸਾਂਝਾ ਕਰੀਦਾ ਕਿਸੇ ਨਾ ਕਿਸੇ ਸੈਲੀਬ੍ਰਿਟੀ ਦਾ, ਉਹ ਅੱਜ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਸੁਨਹਿਰੀ ਸਫ਼ਰ ਤੁਹਾਡੇ ਨਾਲ ਸਾਂਝਾ ਕਰਨਾ ਹੈ, ਉਹਨਾਂ ਦੀਆਂ ਗੱਲਾਂ ਬਾਤਾਂ ਕਰਨੀਆਂ, ਉਹਨਾਂ ਦੀਆਂ ਕਵਾਲੀਆਂ ਦਾ ਜ਼ਿਕਰ ਕਰਨਾ ਖਾਸ ਤੌਰ 'ਤੇ। ਕਵਾਲੀਆਂ ਵੀ ਸਾਡੇ ਜੀਵਨ ਦਾ ਇੱਕ ਅਹਿਮ ਅੰਗ ਨੇ, ਸਾਡੇ ਸੱਭਿਆਚਾਰ ਦਾ ਰੰਗ ਨੇ। ਪਰ ਉਸ ਤੋਂ ਪਹਿਲਾਂ ਮੈਂ ਜ਼ਿਕਰ ਕਰਨਾ ਚਾਹਾਂਗਾ ਇੱਕ ਹੋਰ ਮਹਾਨ ਹਸਤੀ ਦਾ ਜਿਹਨਾਂ ਦਾ ਅੱਜ ਜਨਮ ਦਿਨ ਹੈ। ਉਸ ਹਸਤੀ ਦਾ ਕਿ ਅੱਜ ਜਿਵੇਂ ਹੁਣ ਪੰਜਾਬ ਦੇ ਵਿੱਚ ਅਸੀਂ ਦੇਖੀਏ ਹੜ੍ਹ ਆਏ ਹੋਏ ਨੇ ਅਤੇ ਬਹੁਤ ਸਾਰੇ ਲੋਕ ਜਿਹੜੇ ਆਮ ਲੋਕ ਨੇ ਜਾਂ ਸੰਸਥਾਵਾਂ ਨੇ ਉਹ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਭਗਤ ਪੂਰਨ ਸਿੰਘ ਜੀ ਦੀ ਸੇਵਾ ਨੂੰ ਕੋਈ ਨਹੀਂ ਭੁੱਲ ਸਕਦਾ, ਪਰ ਇਸੇ ਤਰ੍ਹਾਂ ਦੀ ਸੇਵਾ ਕੀਤੀ ਹੈ ਇੱਕ ਹੋਰ ਮਹਾਨ ਹਸਤੀ ਨੇ ਜਿਹਨਾਂ ਦਾ ਅੱਜ ਜਨਮ ਦਿਨ ਹੁੰਦਾ। 26 ਅਗਸਤ 1910 ਨੂੰ ਉਹਨਾਂ ਦਾ ਜਨਮ ਹੋਇਆ ਸੀਗਾ, ਮਦਰ ਟਰੇਸਾ। ਸਾਡੇ ਦਰਸ਼ਕਾਂ ਨੂੰ ਯਾਦ ਹੋਏਗਾ ਉਹਨਾਂ ਨੇ ਬੜੀ ਸੇਵਾ ਕੀਤੀ ਹੈ, ਉਹਨਾਂ ਨੇ ਵੀ ਵੱਖਰੀ ਤਰ੍ਹਾਂ ਦੀ ਸੇਵਾ ਪੂਰੇ ਕਿ ਕੌਮ ਦੀ ਦੇਸ਼ ਦੀ ਕੀਤੀ ਹੈ। ਕੋਲਕਾਤਾ ਦੇ ਵਿੱਚ ਉਹ ਰਹੇ ਨੇ ਜ਼ਿਆਦਾਤਰ ਔਰ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਉਹ ਵੀ ਮਿਲਿਆ ਸੀਗਾ ਔਰ ਬੜੀ ਉਹਨਾਂ ਨੇ ਵੀ ਸੇਵਾ ਕੀਤੀ। ਉਹਨਾਂ ਦਾ ਅੱਜ 26 ਅਗਸਤ ਨੂੰ ਜਨਮਦਿਨ ਹੁੰਦਾ, 1910 ਨੂੰ ਪੈਦਾ ਹੋਏ ਸੀਗੇ ਅਤੇ ਪਰ ਉਹਨਾਂ ਨੇ ਆਪਣਾ ਬਾਅਦ ਦੇ ਵਿੱਚ 27 ਅਗਸਤ ਨੂੰ ਜਨਮਦਿਨ ਮਨਾਉਣਾ ਸ਼ੁਰੂ ਕਰ ਦਿੱਤਾ ਸੀਗਾ। ਅਗਰ ਗੱਲ ਕਰੀਏ ਤਾਂ 1997 ਦੇ ਵਿੱਚ 5 ਸਤੰਬਰ 1997 ਨੂੰ ਕਲਕੱਤਾ ਦੇ ਵਿੱਚ ਹੀ ਉਹਨਾਂ ਦੀ ਡੈਥ ਹੋਈ ਸੀਗੀ। ਸੋ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਜੀ ਅੱਜ ਉਸ ਮਹਾਨ ਹਸਤੀ ਨੂੰ ਵੀ। ਅਤੇ ਨਾਲ ਦੀ ਨਾਲ ਸੰਗੀਤ ਦੀ ਦੁਨੀਆ ਦੀ ਗੱਲ ਕਰੀਏ ਤਾਂ ਸੰਗੀਤ ਦੀ ਦੁਨੀਆ ਦੇ ਵਿੱਚ ਨੁਸਰਤ ਫਤਿਹ ਅਲੀ ਖਾਨ ਦੇ ਸੰਗੀਤ ਦਾ ਜ਼ਿਕਰ ਪੂਰੀ ਦੁਨੀਆ ਦੇ ਵਿੱਚ ਹੁੰਦਾ ਹੈ। ਇਕੱਲੇ ਪੰਜਾਬੀ, ਉਰਦੂ, ਹਿੰਦੀ ਇਹ ਹੀ ਸਿਰਫ ਲੋਕ ਨਹੀਂ ਉਹਨਾਂ ਨੂੰ ਜਾਣਦੇ, ਹਾਲਾਂਕਿ ਜਿੰਨੇ ਕੁ ਸਾਡੇ ਬਾਕੀ ਗਾਇਕ ਹੋਏ ਨੇ ਉਹਨਾਂ ਨੂੰ ਓਨੇ ਕੁ ਲੋਕ ਜਾਣਦੇ ਨੇ ਜਿੰਨੇ ਕੁ ਉਸ ਲੈਂਗੁਏਜ ਦੇ ਨਾਲ ਸੰਬੰਧਿਤ ਨੇ। ਥੋੜ੍ਹੇ ਬਹੁਤ ਲੋਕ ਹੈਗੇ ਨੇ, ਥੋੜ੍ਹੇ ਬਹੁਤ ਸਿੰਗਰ ਹੈਗੇ ਨੇ ਜਿਨ੍ਹਾਂ ਨੂੰ ਉਸ ਭਾਸ਼ਾ ਤੋਂ ਬਿਨਾਂ ਵੀ ਲੋਕ ਜਾਣਦੇ ਨੇ। ਪਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਗੱਲ ਕਰੀਏ, ਉਹ ਮੈਂ ਸਮਝਦਾ ਕਵਾਲੀਆਂ ਦੇ ਸੁਲਤਾਨ ਕਿਹਾ ਜਾਂਦਾ ਸੀ, ਕਿੰਗ ਆਫ ਦਾ ਕਿੰਗਸ, ਕਵਾਲੀ, ਕਵਾਲੀਆਂ ਦੇ ਰਾਜਿਆਂ ਦਾ ਰਾਜਾ ਉਹਨੂੰ ਕਿਹਾ ਜਾਂਦਾ, ਸੁਲਤਾਨ ਕਿਹਾ ਜਾਂਦਾ ਸੀਗਾ। ਨੁਸਰਤ ਫਤਿਹ ਅਲੀ ਖਾਨ ਦਾ ਜ਼ਿਕਰ ਤਾਂ ਵੀ ਕਰਨਾ ਬਣਦਾ, ਉਹਨਾਂ ਦੀ ਵੀ ਡੈਥ ਇਸੇ ਮਹੀਨੇ ਦੇ ਵਿੱਚ ਹੋਈ ਸੀਗੀ। ਅਗਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੀ ਡੈਥ ਜਿਹੜੀ ਹੈ 16 ਅਗਸਤ ਨੂੰ ਸਨ, ਉਹੀ ਸੇਮ ਸੀ ਮਦਰ ਟੇਰੇਸਾ ਵਾਲਾ, 1997 ਨੂੰ ਉਹਨਾਂ ਦੀ ਵੀ ਡੈਥ ਲੰਡਨ ਦੇ ਵਿੱਚ ਹੋਈ ਸੀਗੀ, ਹੋਸਪਿਟਲ ਦੇ ਵਿੱਚ ਇਲਾਜ ਕਰਵਾਉਣ ਵਾਸਤੇ ਉਹ ਆਪਣਾ ਆਏ ਸੀਗੇ। ਸੋ ਉਹਨਾਂ ਦਾ ਜ਼ਿਕਰ, ਵੈਸੇ ਵੀ ਕਵਾਲੀਆਂ ਦਾ ਜ਼ਿਕਰ ਕਰੀਏ, ਸੰਗੀਤ ਦੀ ਗੱਲ ਕਰੀਏ ਤਾਂ ਮੈਂ ਅਕਸਰ ਗੱਲ ਕਰਦਾ ਹੁੰਦਾ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ। ਸੋ ਇਹ ਚੀਜ਼ ਮੈਂ ਨੁਸਰਤ ਸਾਹਿਬ ਦੀ ਗਾਇਕੀ ਤੋਂ ਸਿੱਖੀ ਹੈ ਕਿ ਸੰਗੀਤ ਦੀ ਵਾਕਿਆ ਹੀ ਕੋਈ ਭਾਸ਼ਾ ਨਹੀਂ ਹੁੰਦੀ, ਕਿਉਂਕਿ ਜਦੋਂ ਉਹ ਬਾਹਰਲੇ ਮੁਲਕਾਂ ਦੇ ਵਿੱਚ ਪ੍ਰੋਗਰਾਮ ਕਰਨ ਆਉਂਦੇ ਸੀਗੇ, ਲਗਭਗ 40 ਮੁਲਕਾਂ ਦੇ ਵਿੱਚ ਉਹਨਾਂ ਨੇ ਪਰਫੋਰਮ ਕੀਤਾ, ਤਾਂ ਸਾਡੇ ਦਰਸ਼ਕ ਜਾਣਦੇ ਨੇ ਜਿਹੜੇ ਉਹਨਾਂ ਦਾ ਸ਼ੋਅ ਦੇਖਣ ਗਏ ਹੋਣਗੇ, ਵੈਸੇ ਘੱਟ ਹੀ ਰੁਝਾਨ ਆ ਆਪਣਾ ਪੰਜਾਬੀਆਂ ਦੇ ਵਿੱਚ ਇਸ ਤਰ੍ਹਾਂ ਦੇ ਸ਼ੋਅ ਦੇਖਣ ਦਾ। ਫਿਰ ਵੀ ਬਹੁਤ ਸਾਰੇ ਜਿਹੜੇ ਕੁਆਲੀ ਪਸੰਦ ਨੇ ਲੋਕ ਦੇਖਣ ਜਾਂਦੇ ਹੋਣਗੇ, ਤਾਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਗੋਰੇ ਵੀ ਬੈਠੇ ਹੁੰਦੇ ਸੀ ਜਿਨ੍ਹਾਂ ਨੂੰ ਪੁੱਛਦੇ ਸੀਗੇ ਵੀ ਤੁਹਾਨੂੰ ਸਮਝ ਆਉਂਦੀ ਇਹਨਾਂ ਦੀ ਕੀ ਬੋਲਦੇ ਨੇ, ਉਹ ਅੱਗੇ ਜਵਾਬ ਦਿੰਦੇ ਸੀ ਵੀ ਸਮਝ ਨਹੀਂ ਆਉਂਦੀ ਸਾਨੂੰ, ਸਿਰਫ ਸੰਗੀਤ ਦੀ ਸਮਝ ਆਉਂਦੀ ਹੈ, ਸੁਰਾਂ ਦੀ ਸਮਝ ਆਉਂਦੀ ਹੈ। ਸੋ ਨੁਸਰਤ ਸਾਹਿਬ ਦੀ ਗੱਲ ਕਰੀਏ ਤਾਂ 13 ਅਕਤੂਬਰ 1948 ਨੂੰ ਫੈਸਲਾਬਾਦ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ, ਪਰ ਬੇਸਿਕਲੀ ਇਹ ਇੱਧਰਲੇ ਪੰਜਾਬ ਦੇ ਨੇ, ਆਪਣੇ ਚੜ੍ਹਦੇ ਪੰਜਾਬ ਦੇ ਨੇ, ਕਿਉਂਕਿ 1947 ਜੋ ਵੰਡ ਹੋਈ ਹੈ ਉਦੋਂ ਬਹੁਤ ਛੇਤੀ ਬਾਅਦ ਇਹਨਾਂ ਦਾ, ਤਕਰੀਬਨ ਸਾਲ ਕੁ ਬਾਅਦ ਕਹਿ ਲਓ ਇਹਨਾਂ ਦਾ ਬਰਥ ਹੋਇਆ। ਇਸ ਤੋਂ ਪਹਿਲਾਂ ਇਹਨਾਂ ਦੇ ਪੇਰੈਂਟਸ, ਇਹਨਾਂ ਦੇ ਮਾਤਾ ਪਿਤਾ ਜਲੰਧਰ ਦੇ ਵਿੱਚ ਬਸਤੀ ਸੇਖਾਂ ਪੰਜਾਬ ਦੇ ਵਿੱਚ ਉੱਥੇ ਰਹਿੰਦੇ ਸੀ, ਤਾਂ ਉੱਥੋਂ ਇਹ ਮਾਈਗ੍ਰੇਟ ਹੋ ਕੇ 1947 ਦੇ ਵਿੱਚ ਪਾਕਿਸਤਾਨ ਗਏ ਸੀਗੇ। ਸੋ ਬੇਸਿਕਲੀ ਅਸੀਂ ਇਉਂ ਕਹਿ ਸਕਦੇ ਹਾਂ ਕਿ ਪੰਜਾਬੀ ਹੈ ਜੀ, ਚਾਹੇ ਪੰਜਾਬੀ ਪਾਕਿਸਤਾਨ ਦਾ, ਚਾਹੇ ਪੰਜਾਬੀ ਭਾਰਤ ਦਾ, ਚਾਹੇ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਦਾ, ਪੰਜਾਬੀ ਪੰਜਾਬੀ ਆ,
ਅਤੇ ਸੰਗੀਤ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦਾ ਸੰਗੀਤ ਸੰਗੀਤ ਹੀ ਹੈ। ਨੁਸਰਤ ਸਾਹਿਬ ਦੇ ਗੀਤਾਂ ਦੀ ਗੱਲ ਕਰੀਏ, ਕੁਆਲੀਆਂ ਦੀ ਗੱਲ ਕਰੀਏ, ਇੱਥੇ ਕੋਈ ਲੰਬੀ ਲਾਈਨ ਹੈ, ਲੰਬੀ, ਬਹੁਤ ਸਮਾਂ ਲੱਗ ਜਾਏਗਾ ਉਹਨਾਂ ਦਾ ਜ਼ਿਕਰ ਕਰਦਿਆਂ, ਪਰ ਇੰਨੇ ਕੁ ਵਧੀਆ ਉਹਨਾਂ ਨੇ ਗਾਏ ਨੇ ਗਾਣੇ, ਇੰਨੇ ਕੁ ਵਧੀਆ ਪਸੰਦ ਕੀਤੇ ਗਏ ਨੇ। ਅਸਲ ਦੇ ਵਿੱਚ ਕਵਾਲੀਆਂ ਦੀ ਗੱਲ ਕਰ ਲਈਏ ਜਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਗੱਲ ਕਰ ਲਈਏ ਜਾਂ ਉਹਨਾਂ ਵਰਗੇ ਹੋਰ ਅਨੇਕਾਂ ਗਾਇਕਾਂ ਦੀ ਗੱਲ ਕਰ ਲਈਏ, ਅਸਲ ਦੇ ਵਿੱਚ 8-10 ਮਿੰਟ ਤੋਂ ਪਹਿਲਾਂ ਗਰਮੀ ਹੁੰਦੇ ਨੇ, ਗਰਮ ਤੋਂ ਭਾਵ ਅਲਾਪ ਲਾਉਣੇ ਵਿੱਚ ਅਲਾਪ ਲੈ ਕੇ ਫਿਰ ਗਾਣਾ ਸ਼ੁਰੂ ਕਰਨਾ। ਫਿਰ ਇਹ ਵੀ ਇੱਕ ਮੈਂ ਸਥਾਈ ਅੰਤਰਾ ਤਾਂ ਹੀ ਰੱਖਿਆ, ਅਗਰ ਮੈਂ ਦੂਜਾ ਸਥਾਈ ਅੰਤਰਾ ਰੱਖਦਾ ਸੀ ਟਾਈਮ ਉਹ 3-4 ਮਿੰਟ ਦਾ ਬਣ ਜਾਂਦਾ ਸੀਗਾ, ਵਿੱਚ ਇੰਨੇ ਅਲਾਪ ਵਗੈਰਾ ਸੀ, ਮੈਂ ਕਿਹਾ ਚਲੋ ਕੋਈ ਗੱਲ ਨਾਲ ਗੱਲਾਂ ਵੀ ਉਹਨਾਂ ਦੀਆਂ ਕਰਨੀਆਂ। ਪਰਵੇਜ਼ ਅਲੀ ਖਾਨ ਇਹਨਾਂ ਦਾ ਨਾਮ ਸੀ ਜਦੋਂ ਪੈਦਾ ਹੋਏ ਨੇ, ਪਰਵੇਜ਼ ਫਤਿਹ ਅਲੀ ਖਾਨ। ਬਾਅਦ ਦੇ ਵਿੱਚ ਇਹ ਗਏ ਨੇ ਗੁਲਾਮ ਗੌਂਸ ਸ਼ਾਮਦਾਨੀ ਦੇ ਕੋਲ, ਉਹਨਾਂ ਨੇ ਇਹਨਾਂ ਨੂੰ ਨਾਮ ਨੁਸਰਤ ਦਿੱਤਾ ਅਤੇ ਨਾਲ ਇਹ ਕਿਹਾ ਕਿ ਤੂੰ ਦੁਨੀਆ ਦਾ ਮਹਾਨ ਗਾਇਕ ਬਣੇਗਾ। ਉਹਨਾਂ ਨੇ ਆਸ਼ੀਰਵਾਦ ਦਿੱਤਾ। 16 ਸਾਲ ਦੀ ਉਮਰ 'ਚ ਇਹਨਾਂ ਨੇ ਪਹਿਲੀ ਵਾਰ ਪਰਫੋਰਮ ਕੀਤਾ, ਜਦੋਂ ਇਹਨਾਂ ਦੇ ਪਿਤਾ ਦੀ ਡੈਥ ਹੋਈ ਅਤੇ ਇਹਨਾਂ ਦੇ ਡੈਥ 'ਤੇ ਹੁੰਦਾ ਹੈ ਕੁਛ ਜੋ ਵੀ ਰਸਮਾਂ, ਉਹਦੇ 'ਚ ਉਹਨਾਂ ਨੇ ਗਾਇਆ ਸੀਗਾ। ਪਰ ਉਦੋਂ ਬਾਅਦ ਫਿਰ ਇਹਨਾਂ ਦੇ ਚਾਚੇ ਦੇ ਸਿਰ 'ਤੇ ਭਾਰ ਆ ਗਿਆ। ਇਹ ਵੈਸੇ ਇੱਕ ਜਿਹੜੀ ਕਮਾਲ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, 600 ਸਾਲ ਪੁਰਾਣੀ ਪਟਿਆਲਾ ਘਰਾਣੇ 'ਚੋਂ ਸੀਗੇ ਨੁਸਰਤ ਫਤਿਹ ਅਲੀ ਖਾਨ ਸਾਹਿਬ। 600 ਸਾਲ ਤੋਂ ਲਗਾਤਾਰ ਇਹਨਾਂ ਦਾ ਕਵਾਲੀ, ਅਸੀਂ ਖਾਨਦਾਨੀ ਗੱਲ ਕਰ ਲੈਂਦੇ ਜੀ, ਮੇਰੇ ਦਾਦਾ ਆਹ ਕੰਮ ਕਰਦਾ ਸੀ ਅਤੇ ਡੈਡੀ ਆਹ ਕਰਦਾ ਸੀ ਅਤੇ ਸਾਡੇ ਆਹ, ਅਸੀਂ ਖਾਨਦਾਨੀ ਹੈ, ਅਸੀਂ ਫਲਾਨਾ, ਸਾਡੇ ਸਿੰਗਰ ਖਾਨਦਾਨੀ ਹੈ, ਸਾਡੇ ਕਲਾਕਾਰ ਖਾਨਦਾਨੀ ਹੈ। ਇਹ ਕਿੱਡਾ ਕੁ ਖਾਨਦਾਨ ਹੋਏਗਾ, ਦੇਖੋ ਜੀ 600 ਸਾਲ ਤੋਂ ਇਹ ਕਵਾਲੀਆਂ ਗਾਉਂਦੇ ਆ ਰਹੇ ਨੇ ਪਟਿਆਲਾ ਘਰਾਣੇ ਦੇ ਵਿੱਚ। ਇਹਨਾਂ ਦੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਫਿਰ ਘਰ ਦੇ ਮੁਖੀ ਇਹਨਾਂ ਦੇ ਚਾਚਾ ਜੀ ਬਣ ਗਏ, ਅਤੇ ਫਿਰ ਉਦੋਂ ਬਾਅਦ ਜਦੋਂ ਉਹਨਾਂ ਦੀ ਡੈਥ ਹੋਈ 1971 ਦੇ ਵਿੱਚ, ਚਾਚੇ ਇਹਨਾਂ ਦੇ ਮੁਬਾਰਕ ਅਲੀ ਖਾਨ ਅਤੇ ਸਲਾਮਤ ਅਲੀ ਖਾਨ ਸੀਗੇ, ਅਤੇ ਜਦੋਂ ਉਹਨਾਂ ਦੀ 71 ਡੈਥ ਹੋ ਗਈ ਤਾਂ ਫਿਰ ਇਹ ਫੈਮਿਲੀ ਹੈੱਡ ਇਹ ਬਣ ਗਏ ਨੁਸਰਤ ਸਾਹਿਬ। ਜਦੋਂ ਫੈਮਿਲੀ ਹੈੱਡ ਬਣ ਗਏ ਤਾਂ ਫਿਰ ਸਾਰੀ ਜ਼ਿੰਮੇਵਾਰੀ ਇਹਨਾਂ 'ਤੇ ਆ ਗਈ, ਫਿਰ ਇਹਨਾਂ ਨੇ ਕਵਾਲੀਆਂ ਦੇ ਹੈੱਡ ਵੀ ਇਹਨਾਂ ਨੂੰ ਬਣਾਇਆ ਘਰਦਿਆਂ ਨੇ। ਔਰ ਸਿਹਤ ਦੱਸਦੇ ਵੀ ਸ਼ੁਰੂ ਤੋਂ ਹੀ ਸੁੱਖਣਾ ਵਾ, ਸੋਹਣੀ ਸੀ ਇਹਨਾਂ ਦੀ ਸਿਹਤ, ਅਤੇ ਬਾਅਦ ਦੇ ਵਿੱਚ ਤਾਂ ਫਿਰ ਡੈਥ ਵੇਲੇ ਤਾਂ ਲਗਭਗ 300 ਪਾਊਂਡ ਭਾਰ ਸੀ, 300 ਪਾਊਂਡ ਤੋਂ ਵੀ ਉੱਪਰ ਇਹਨਾਂ ਭਾਰ ਸੀਗਾ। ਉਹ ਵੀ ਇੱਕ ਕਾਰਨ ਦੱਸਦੇ ਨੇ ਇਹਨਾਂ ਦੀ ਮੌਤ ਦਾ ਡਾਕਟਰ, ਕਿ ਭਾਰ ਜ਼ਿਆਦਾ ਹੋ ਗਿਆ ਸੀਗਾ ਅਤੇ ਇਸ ਕਰਕੇ ਵੀ ਉਹਨਾਂ ਦੀ ਜਿਹੜੀਆਂ ਕਿਡਨੀਆਂ ਵਗੈਰਾ ਖਰਾਬ ਹੋ ਗਈਆਂ ਸੀ, ਇਸ ਕਰਕੇ ਉਹਨਾਂ ਦੀ ਡੈਥ ਹੋਈ ਆ। ਪਰ ਅਸੀਂ ਅਗਰ ਗੱਲ ਕਰੀਏ ਨੁਸਰਤ ਸਾਹਿਬ ਦੀ, ਤਾਂ ਇਹ ਆਪਣੇ ਪਰਿਵਾਰ ਦੇ ਵਿੱਚ 5ਵਾਂ ਬੱਚਾ ਸੀਗੇ ਪੈਦਾ ਹੋਏ ਜਦੋਂ, ਪਰ ਪਹਿਲਾਂ ਇਸ ਤੋਂ ਇਹਨਾਂ ਦੀਆਂ 4 ਭੈਣਾਂ ਪੈਦਾ ਹੋਈਆਂ ਸੀ ਅਤੇ 5ਵੇਂ ਫਿਰ ਇਹ ਪੈਦਾ ਹੋਏ ਸੀਗੇ। ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਵੀ, ਜੀ ਕਰੇ ਦੇਖਦਾ ਰਹਾਂ ਨੇ ਤਾਂ ਖੈਰ ਮੰਗਾ ਸੋਹਣਿਆ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ, ਇੰਨੀਆਂ ਅੱਖੀਆਂ ਉਡੀਕਦੀਆਂ ਲੱਗਦਾ ਨਾ ਜੀ ਵੇ, ਹਜ਼ਾਰਾਂ ਦਮਾਂ ਦਾ ਮਸਤ ਕਲੰਦਰ। ਇੱਕ ਜਿਹੜਾ ਉਹ ਫਿਲਮ ਦੇ ਵਿੱਚ, ਮੋਹਰਾ ਫਿਲਮ ਦੇ ਵਿੱਚ ਅਕਸ਼ੇ ਕੁਮਾਰ ਦੇ ਵਿੱਚ ਗੀਤ ਹੈ, ਤੂੰ ਚੀਜ਼ ਬੜੀ ਹੈ ਮਸਤ ਮਸਤ ਤੂੰ ਚੀਜ਼ ਹੜੀ, ਉਹ ਵੀ ਨੁਸਰਤ ਸਾਹਿਬ ਦਾ ਗਾਣਾ ਅਸਲ 'ਚ ਗਾਇਆ ਹੋਇਆ ਸੀਗਾ। ਤੁਸੀਂ ਵੀ ਅੱਜ ਦੇ ਦਿਨ ਕੋਈ ਵੀ ਗੱਲਬਾਤ ਕਰਨੀ ਹੈ, ਕੋਈ ਦਿਲ ਦੀ ਗੱਲ ਹੈਗੀ, ਕੋਈ ਲੱਖਾਂ ਪੰਜਾਬੀਆਂ ਦੇ ਨਾਲ ਆਪਣੇ ਵਲਵਲੇ ਸਾਂਝੇ ਕਰਨੇ ਚਾਹੁੰਦੇ ਹੋ, ਤਾਂ ਅੱਜ ਦਾ ਦਿਨ ਆਪਣੇ ਕੋਲ ਖੁੱਲ੍ਹਾ ਹੁੰਦਾ, ਕਿਉਂਕਿ ਵਿਸ਼ਾ ਕੋਈ ਨਹੀਂ ਹੁੰਦਾ, ਕੋਈ ਗੀਤ ਸੰਗੀਤ ਸੁਣਾਉਣ ਦਾ ਤੁਹਾਨੂੰ ਸ਼ੌਂਕ ਹੈਗਾ, ਕੋਈ ਗੱਲਬਾਤ, ਕੋਈ ਜੋਕ, ਕੋਈ ਸ਼ੇਅਰ ਹੋ ਸ਼ਾਇਰੀ, ਯਾਨੀ ਕਿ ਕੁਛ ਵੀ ਜੋ ਸ਼ੌਂਕ ਸਾਡੇ ਦੱਬ ਗਏ ਨੇ ਕੰਮਾਂ ਕਾਰਾਂ ਦੇ ਵਿੱਚ, ਸਾਡੇ ਇਸ ਪ੍ਰੋਗਰਾਮ ਦਾ ਮਕਸਦ ਇਹੀ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਉਹ ਸ਼ੌਂਕ ਜਿਹੜੇ ਆ ਉਹਨਾਂ ਨੂੰ ਕਾਇਮ ਰੱਖੀਏ, ਉਹਨਾਂ ਨੂੰ ਜਿਉਂਦਾ ਰੱਖੀਏ। ਸੋ ਕਾਲ ਕਰਕੇ, ਨੰਬਰ ਸਕਰੀਨ 'ਤੇ ਆ ਰਿਹਾ, ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਅਤੇ ਗੱਲ ਕਰ ਰਹੇ ਸੀ ਆਪਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ, ਨਾਲ ਗੱਲ ਚੱਲਦੀ ਸੀ। ਉਹਨਾਂ ਦਾ ਪਿਤਾ ਜੀ ਜਿਹੜੇ ਸੀਗੇ ਫਤਿਹ ਅਲੀ ਖਾਨ ਸਾਹਿਬ, ਕਵਾਲ ਸੀ ਸਿਰੇ ਦੇ, ਬਹੁਤ ਵਧੀਆ ਕਵਾਲ ਸੀ, ਪਰ ਉਹ ਨਹੀਂ ਸੀ ਚਾਹੁੰਦੇ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਵੀ ਕਵਾਲੀਆਂ ਦੇ ਆਉਣ। ਉਹ ਕਵਾਲੀਆਂ ਨੂੰ ਇੱਕ ਮਤਲਬ ਸਮਝਦੇ ਸੀ ਬਹੁਤ ਥੱਲੇ ਵਾਲੇ ਤਬਕੇ ਵਾਲਾ ਇਹ ਪ੍ਰੋਫੈਸ਼ਨ ਹੈਗਾ, ਲੋਕ ਇਹਦੇ 'ਚ ਰਿਸਪੈਕਟ ਨਹੀਂ ਕਰਦੇ ਕਵਾਲੀਆਂ ਵਾਲਿਆਂ ਦੀ, ਉਹਨਾਂ ਨੂੰ ਜਾਂ ਤਾਂ ਇਉਂ ਲੱਗਦਾ ਕਿ ਪੁਰਾਣੇ ਚੱਲੇ ਆਉਂਦੇ ਕਰਕੇ ਜਾਂ ਕੀ ਸੀਗਾ ਕੀ ਨਹੀਂ ਸੀਗਾ। ਅਤੇ ਨੁਸਰਤ ਸਾਹਿਬ ਨੂੰ ਉਹ ਚਾਹੁੰਦੇ ਸੀ ਵੀ ਜਾਂ ਡਾਕਟਰ ਬਣੇ ਅਤੇ ਜਾਂ ਫਿਰ ਇਹ ਇੰਜੀਨੀਅਰ ਬਣੇ, ਪਰ ਇਹਨਾਂ ਨੇ ਫਿਰ ਜਦੋਂ ਜਿੱਦ ਕੀਤੀ ਵੀ ਨਹੀਂ, ਮੈਂ ਤਾਂ ਫਿਰ ਕਵਾਲੀਆਂ ਹੀ ਗਾਉਣੀਆਂ। ਫਿਰ ਜਦੋਂ ਇਹਨਾਂ ਦੇ ਪਿਤਾ ਦੀ ਡੈਥ ਹੋ ਗਈ 1964 ਦੇ ਵਿੱਚ, 17 ਕੁ ਸਾਲਾਂ ਦੇ ਸੀਗੇ, ਅਤੇ ਉਦੋਂ ਫਿਰ ਇਹਨਾਂ ਨੇ ਇੱਕ ਗਾਇਆ ਉੱਥੇ ਗਾਣਾ, ਜਦੋਂ ਗਾਇਆ ਕੋਈ ਉਦੋਂ ਕੋਈ ਉਹਨਾਂ ਦੇ ਸ਼ਰਧਾਂਜਲੀ ਦੇ ਤੌਰ 'ਤੇ, ਤਾਂ ਉਦੋਂ ਫਿਰ ਪਤਾ ਲੱਗਿਆ ਵੀ ਇਹ ਵਧੀਆ ਗਾ ਲੈਂਦੇ ਨੇ। ਉਦੋਂ ਬਾਅਦ ਫਿਰ ਇਹਨਾਂ ਨੇ ਬਕਾਇਦਾ ਜੋ ਸਿੱਖਿਆ ਸਿਖਾਇਆ ਜਾਂ ਕਰਿਆ ਕਰਾਇਆ, ਕਵਾਲੀਆਂ ਗਾਉਣੀਆਂ ਸ਼ੁਰੂ ਕੀਤੀਆਂ, ਫਿਲਮਾਂ ਦੇ ਵਿੱਚ ਵੀ ਗਾਇਆ, ਬਾਹਰਲੇ ਮੁਲਕਾਂ ਦੇ ਵਿੱਚ ਵੀ ਗਾਇਆ। ਅਤੇ ਇਹਨਾਂ ਨੂੰ ਫਿਰ ਜਦੋਂ ਦੇਖਿਆ ਇਹਨਾਂ ਦੀ ਗਾਇਕੀ ਦਾ ਰੰਗ, ਤਾਂ ਕਿਸੇ ਨੇ ਫਿਰ ਇਹਨਾਂ ਨਾਲ ਕੰਟਰੈਕਟ ਕਰ ਲਿਆ ਬਾਹਰਲੇ ਮੁਲਕਾਂ ਦਾ ਵੀ ਤੁਸੀਂ ਸਾਡੇ ਥਰੂ ਹੀ ਜਾ ਸਕਦੇ ਹੋ।
ਉਹਨਾਂ ਨੇ ਵੀ ਚੰਗਾ ਪੈਸਾ, ਕਹਿੰਦੇ ਏਜੰਸੀ ਨੇ ਵੀ ਚੰਗਾ ਪੈਸਾ ਕਮਾਇਆ, ਅਤੇ ਇਹਨਾਂ ਨੇ ਵੀ ਚਲੋ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਨੁਸਰਤ ਸਾਹਿਬ 'ਤੇ ਵੀ, ਅਤੇ ਨਾਲ ਦੀ ਨਾਲ ਪੰਜਾਬੀ ਗਾਇਕੀ ਦੇ ਵਿੱਚ ਇੱਕ ਵੱਖਰਾ ਜਿਹੜਾ ਰੰਗ ਹੈ ਮੇਰੇ ਹਿਸਾਬ ਦੇ ਨਾਲ ਇਹਨਾਂ ਨੇ ਭਰਿਆ ਨੁਸਰਤ ਸਾਹਿਬ ਨੇ। ਬਾਕੀ ਜਿਹੜੇ ਗਾਇਕ ਹੈਗੇ ਨੇ ਗਾਇਕ ਤਕਰੀਬਨ ਉਹ ਇਉਂ ਲੱਗਦਾ ਵੀ ਬਾਅਦ 'ਚ ਜਿੰਨਾ ਕੁ ਸਿੱਖਿਆ ਉਨਾ ਗਾ ਲਿਆ, ਖਾਸ ਤੌਰ 'ਤੇ ਸਾਡੇ ਆਪਣੇ ਪੰਜਾਬ ਦੇ ਗਾਇਕ ਜਿਹੜੇ ਹੈਗੇ ਨੇ। ਅਤੇ ਉਹ ਫਿਰ ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ, ਉੱਥੋਂ ਉਹਨਾਂ ਦਾ ਗੀਤ ਉਹ ਚੱਕ ਲਿਆ। ਫਿਰ ਜਿਹੜੇ ਹੋਰ ਆਹ ਹੁਣ ਫਿਲਮ ਦੇ ਵਿੱਚ ਵੀ ਆਇਆ ਰਸਕੇ ਕਮਰ, ਤੂੰ ਤੂੰ ਨੇ ਐਸੀ ਪਹਿਲੀ ਨਜ਼ਰ ਜੋ ਨਜ਼ਰ ਸੇ ਮਿਲਾਈ ਗਜ਼ਬ ਹੋ ਗਿਆ, ਇਹੋ ਜਿਹੇ ਹਜ਼ਾਰਾਂ ਗੀਤ ਜਿਹੜੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਹੈਗੇ ਨੇ ਜਿਨ੍ਹਾਂ ਨੂੰ ਪੂਰੀ ਦੁਨੀਆ ਦੇ ਵਿੱਚ ਸੁਣਿਆ ਜਾਂਦਾ, ਔਰ ਉਹ ਬਾਅਦ ਦੇ ਵਿੱਚ ਹੁਣ ਰੀਮੇਕ ਕਰ ਕਰਕੇ ਜਾਂ ਪੰਜਾਬ ਦੇ ਸਿੰਗਰਾਂ ਨੇ ਗਾ ਗਾ ਕੇ ਆਪਣਾ ਤਾਂ ਚੰਗਾ ਰੋਜ਼ੀ ਰੋਟੀ, ਯਾਨੀ ਕਿ ਚੰਗਾ ਪੰਜਾਬੀ ਜੇ ਕਹਿ ਦੀ ਚੰਗਾ ਢਮ ਢਮਾਂ ਚਲਾਇਆ ਹੋਇਆ ਉਹਨਾਂ ਨੇ ਆਪਣਾ। ਅਤੇ ਨੁਸਰਤ ਸਾਹਿਬ ਦੇ ਇਹਨਾਂ ਗੀਤਾਂ ਦੀ ਗੱਲ ਕਰਦੇ, ਰਾਹਤ ਫਤਿਹ ਅਲੀ ਖਾਨ ਸਾਹਿਬ ਜੋ ਅੱਜ ਕੱਲ੍ਹ ਹੈਗੇ ਨੇ, ਰਾਹਤ ਫਤਿਹ ਅਲੀ ਖਾਨ ਜਾਣਦੇ, ਇਹਨਾਂ ਦਾ ਭਤੀਜਾ ਹੈਗਾ, ਔਰ ਉਹ ਜਿਵੇਂ ਪਹਿਲਾਂ ਨੁਸਰਤ ਸਾਹਿਬ ਨੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਵੈਲਿਊਏਟ ਕੀਤਾ ਜਾਂ ਆਪਣੀ ਇਮੇਜ ਬਣਾਈ ਜਾਂ ਆਪਣੀ ਵੈਲਿਊ ਬਣਾਈ ਪੈਸੇ ਧੇਲੇ ਦੇ ਮਾਮਲੇ ਵਿੱਚ, ਅਤੇ ਉਸ ਤੋਂ ਬਾਅਦ ਰਾਹਤ ਫਤਿਹ ਅਲੀ ਖਾਨ ਜਿਹੜਾ ਚਲੋ ਅੱਗੇ ਹੋਰ ਪੜ੍ਹ ਲਿਖ ਕੇ, ਅਤੇ ਉਹਨੇ ਫਿਰ ਆ ਕੇ ਫਿਲਮਾਂ ਫੁਲਮਾਂ ਦੇ ਵਿੱਚ ਵੀ ਚੰਗਾ ਆਪਣਾ ਨਾਮ ਖੱਟਿਆ ਅਤੇ ਫਿਲਮਾਂ ਦੇ ਵਿੱਚ ਚੰਗਾ ਕੰਮ ਕਾਰ ਜਿਹੜਾ ਉਹ ਕੀਤਾ। ਸੋ ਨੁਸਰਤ ਸਾਹਿਬ ਦੀ ਗੱਲਬਾਤ ਵੀ ਨਾਲ ਨਾਲ ਕਰਾਂਗੇ, ਨਾਲ ਨਾਲ ਅਸੀਂ ਤੁਹਾਡੀਆਂ ਕਾਲਾਂ ਵੀ ਲਵਾਂਗੇ। ਕਾਲਾਂ ਦੇ ਵਿੱਚ ਤੁਹਾਡੀ ਕੋਈ ਵੀ ਦਿਲ ਦੀ ਗੱਲ ਹੈਗੀ ਆ, ਕੁਛ ਸੁਣਨਾ ਸੁਣਾਉਣਾ ਚਾਹੁੰਦੇ ਹੋ ਤਾਂ ਅੱਜ ਦਿਨ ਸੁਣਾ ਸਕਦੇ ਹੋ, ਅਤੇ ਨੰਬਰ ਸਕਰੀਨ 'ਤੇ ਆ ਰਿਹਾ, ਕਾਲ ਕਰ ਸਕਦੇ ਹੋ। ਅਤੇ ਇੱਕ ਗੀਤ ਜਿਹੜਾ ਇਹਨਾਂ ਦਾ ਹੋਰ ਸਾਂਝਾ ਕਰਦਾ ਮੈਂ ਤੁਹਾਡੇ ਨਾਲ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲੈਣੀਆਂ ਸ਼ੁਰੂ ਕਰੂੰਗਾ ਜਦ ਤੱਕ ਤੁਸੀਂ ਕਾਲ ਨੰਬਰ ਡਾਇਲ ਕਰ ਲਓ। ਹੋਰ ਗੀਤ ਜਿਹੜਾ ਸੀ, ਯਾਦਾਂ ਵਿਛੜੇ ਸੱਜਣ ਦੀਆਂ ਆਈਆਂ ਅੱਖੀਆਂ 'ਚੋਂ ਨੀਰ ਵਗਿਆ। ਵੈਸੇ ਇਹਨਾਂ ਦੇ ਜਿੰਨੇ ਗੀਤ ਵੀ ਆਏ ਨੇ ਜ਼ਿਆਦਾਤਰ ਗੀਤ ਇਸ਼ਕ ਹਕੀਕੀ ਨੂੰ ਸਮਰਪਿਤ ਨੇ, ਜ਼ਿਆਦਾਤਰ ਕਵਾਲੀਆਂ ਜਿਹੜੀਆਂ ਨੇ ਉਹਦੇ 'ਚ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ। ਆਮ ਤੌਰ 'ਤੇ ਬਾਅਦ ਦੇ ਵਿੱਚ ਉਹਨੂੰ ਅਸੀਂ ਇਸ਼ਕ ਮਜਾਜੀ ਵਾਲੇ ਪਾਸੇ ਲੈ ਲਿਆ, ਪਰ ਉਹਨਾਂ ਨੇ ਜਿੰਨੀ ਗਾਇਕੀ ਗਾਈ ਹੈ, ਜਿੰਨੀਆਂ ਕਵਾਲੀਆਂ ਗਾਈਆਂ ਨੇ, ਉਹ ਇਸ਼ਕ ਹਕੀਕੀ ਉਸ ਰੱਬ ਦੇ ਨਾਲ ਜੁੜ ਕੇ ਉਸ ਰੱਬ ਦੇ ਨਾਂ ਦੇ ਨਾਲ ਗਾਈਆਂ ਨੇ। ਔਰ ਬੁੱਕਲ ਦੇ ਵਿੱਚ ਚੋਰ, ਤੇਰੀ ਬੁੱਕਲ ਦੇ ਵਿੱਚ ਚੋਰ ਸ਼ਾਇਦ ਸੁਣੀ ਹੋਵੇ ਕਵਾਲੀ ਤੁਸੀਂ, ਉਹਦੇ 'ਚ ਵੀ ਸਾਡੀ ਆਪਣੀ ਜ਼ਿੰਦਗੀ ਦੀ ਗੱਲ ਕੀਤੀ ਗਈ ਹੈ ਵੀ ਸਾਡੇ ਅੰਦਰ ਅਸੀਂ ਕੀ ਆ, ਅੰਦਰ ਸਾਡੇ ਹੋਰ ਆ ਕੁਛ, ਅਤੇ ਬਾਹਰ ਅਸੀਂ ਕਹਿੰਦੇ ਵੀ ਚੋਰ ਲੋਕਾਂ ਨੂੰ ਕਹਿੰਦੇ, ਚੋਰ ਸਾਡੀ ਬੁੱਕਲ ਦੇ ਵਿੱਚ, ਚੋਰ ਸਾਡੇ ਅੰਦਰ ਹੀ ਹੈਗਾ। ਗੱਲਬਾਤ ਅੱਜ ਚੱਲ ਰਹੀ ਜਿਹੜੀ ਹੈ ਤੁਹਾਡੀ ਕਾਲਾ ਸਿਲਸਿਲਾ, ਹੁਣ ਮੈਂ ਸ਼ੁਰੂ ਕਰਦਾ। ਵੈਸੇ ਨੁਸਰਤ ਸਾਹਿਬ ਦੀ ਮੈਂ ਗੱਲਬਾਤ ਕੀਤੀ ਹੈ, ਔਰ ਕਲਾਸੀਕਲ ਗਾਇਕੀ ਜਿਹੜੀ ਹੈ ਸੁਰਾਂ ਵਾਲੀ ਗਾਇਕੀ ਹੈ, ਬਾਹਲੇ ਬੰਦੇ ਨੂੰ ਹਜ਼ਮ ਨਹੀਂ ਹੁੰਦੀ ਇਹ, ਜਿਹੜੇ ਸੁਣਦੇ ਨੇ ਬਹੁਤ ਪਿਆਰ ਦੇ ਨਾਲ ਸੁਣਦੇ ਨੇ ਔਰ ਪੂਰੀ ਲਹਿਰ ਦੇ ਵਿੱਚ ਸੁਣਦੇ ਨੇ। ਬਹੁਤ ਸਾਰੇ ਇੰਨੇ ਕੁ ਬਰੀਕੀ ਨਾਲ ਸੁਰਾਂ ਨੂੰ ਜਾਣਦੇ ਨੇ ਕਿ ਇੱਕ ਸਕਿੰਟ ਤੋਂ ਪਹਿਲਾਂ ਫੜ ਲੈਂਦੇ ਨੇ ਸਿੰਗਰ ਨੇ ਇੱਥੇ ਗਲਤੀ ਕੀਤੀ। ਸਾਡੇ ਆਮ ਦਰਸ਼ਕਾਂ ਦੀ ਮੈਂ ਗੱਲ ਕਰਦਾ, ਅਤੇ ਬਾਹਲੇ ਥੋੜ੍ਹੇ ਜਿਹਾ ਚੱਲਦੇ ਹੀ ਹੁੰਦੇ ਇਹੋ ਜਿਹੀ ਗਾਇਕੀ ਤੋਂ ਵੀ, ਯਾਰ ਕਿੱਥੇ ਪੱਲੇ ਨਹੀਂ ਪੈਂਦੀ, ਤਾਹਾਂ ਦੀ ਲੰਘ ਜਾਂਦੀ ਮੇਰੇ ਵਰਗਿਆਂ ਦੇ। ਚਲੋ ਤੁਹਾਡੀਆਂ ਕਾਲਾਂ ਲੈਂਦੇ ਹਾਂ, ਸੁਣਦੇ ਹਾਂ, ਸੁਣਾਉਂਦੇ ਹਾਂ ਕੁਛ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਹਿਬ, ਮੈਂ ਗੁਰਦੀਪ ਸਿੰਘ ਸੰਦਰ ਬੋਲਦਾ ਜੀ। ਜੀ ਸੰਦਰ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਥੈਂਕ ਯੂ ਜੀ। ਵਾਹ ਜੀ ਵਾਹ, ਤੇ ਕੀ ਹਾਲ ਪੰਜਾਬ ਦਾ, ਕੋਈ ਗੱਲਬਾਤ? ਹਾਂਜੀ ਠੀਕ ਹੈ। ਇੱਦਾਂ ਵੀ ਜਿਸ ਤਰ੍ਹਾਂ ਅੱਜ ਕੱਲ ਪਰਿਵਾਰ ਇਕੱਲੇ ਇਕੱਲੇ ਹੋ ਗਏ ਆ ਨਾ, ਇਹੀ ਹਿਸਾਬ ਇਹ ਗੀਤ ਗਾਉਣ ਵਜਾਉਣ ਚ ਵੀ ਹੋ ਰਿਹਾ। ਕਵਾਲੀ ਹੈਗੀ ਹੈ, ਕਈ ਜਾਣਿਆਂ ਦੇ ਸਮੂਹ ਨਾਲ ਗਾਈ ਜਾਂਦੀ। ਹਾਂਜੀ ਹਾਂਜੀ, ਜਿੱਦਾਂ ਪਰਿਵਾਰ ਇਕੱਲੇ ਇਕੱਲੇ ਹੋ ਰਹੇ, ਇਹਦੇ ਵਿੱਚ ਉਹ ਹੁਣ ਅੱਜ ਕੱਲ ਵੀ ਉਹੀ ਆ, ਇਕੱਲਾ ਇਕੱਲਾ ਗਾਣਾ ਗਾਉਂਦੇ ਆ ਲੋਕ। ਉਹ ਜ਼ਮਾਨਾ ਕਵਾਲੀਆਂ ਤੋਂ ਬਾਅਦ ਫਿਰ ਇਹ ਆਇਆ ਸੀ ਵੀ ਇੱਕ ਮੇਲ ਗਾ ਰਿਹਾ, ਇੱਕ ਫੀਮੇਲ, ਇੱਕ ਟੱਪਾ ਗਾ ਰਹੀ ਹੈ, ਉਹ ਵੀ ਕਾਫੀ ਚੱਲਿਆ ਸੀ। ਤੇ ਬਾਅਦ ਚ ਹੁਣ ਤੁਹਾਡੇ ਕੋਲ ਇਕੱਲਾ ਇਕੱਲਾ ਉਹ ਮੂਵੀ ਜੀ ਬਣ ਕੇ ਓਦਾਂ ਓਦਾਂ ਦਾ ਕੰਮ ਹੋ ਗਿਆ। ਔਰ ਨੁਸਰਤ ਸਾਹਿਬ ਦੀ ਕਵਾਲੀਆਂ ਤੁਸੀਂ ਦੇਖਿਆ ਹੋਣਾ, ਔਰ ਜੇ ਪੰਜ ਚਾਰ ਜਣੇ ਮੂਹਰੇ ਬੈਠੇ ਆ, ਉਹ ਸਾਰੇ ਨਾਮ ਬੇਸ਼ੱਕ ਨੁਸਰਤ ਸਾਹਿਬ ਦਾ, ਪਰ ਕਵਾਲੀ ਦੇ ਵਿੱਚ ਉਹ ਸਾਰੇ ਬਰਾਬਰ ਦਾ ਜ਼ੋਰ, ਬਰਾਬਰ ਦਾ ਉਹਨਾਂ ਦੇ ਗਾਇਕੀ ਬਰਾਬਰ ਦੀ ਹੈ, ਟੱਕਰ ਦੀ ਗਾਇਕੀ ਬਾਕੀਆਂ ਦੀ ਵੀ ਹੁੰਦੀ ਨਾਲ। ਹਾਂਜੀ, ਤੁਸੀਂ ਕਿਸ ਬਾਰੇ? ਕਵਾਲੀ ਤਾਂ ਭਾਰਤ ਚ ਤਾਂ ਤਕਰੀਬਨ ਅਲੋਪ ਹੋ ਚੁੱਕੀ ਹੈ, ਤੇ ਪਾਕਿਸਤਾਨ ਚ ਜਿੰਦਾ ਹੈਗੀ ਆ ਖੈਰ। ਭਾਰਤ ਚੋਂ ਹੁਣ ਤਕਰੀਬਨ ਰਹਿ ਗਈ ਥੋੜ੍ਹੀ ਬਹੁਤ, ਜਿਹੜੀ ਕਿ ਆਮ ਅਸੀਂ ਦੇਖਦੇ ਹਾਂ, ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਸਪੈਸ਼ਲ ਨਹੀਂ ਹੁੰਦੇ। ਜਦੋਂ ਹੁਣ ਮੇਲੇ ਲੱਗਦੇ ਨੇ ਕਿਸੇ ਜਗ੍ਹਾ 'ਤੇ ਜਾਂ ਡੇਰਿਆਂ 'ਤੇ, ਤਾਂ ਉੱਥੇ ਫਿਰ ਕਵਾਲ ਕਵੂਲ ਦੇਖੀ ਦੇ, ਉੱਦਾਂ ਤਾਂ ਮੇਰੇ ਖਿਆਲ ਨਹੀਂ ਹੈਗੇ ਇੰਨੇ ਖਾਸ। ਮਤਲਬ ਇਹ ਇੱਕ ਸ਼ੋਅ ਪੀਸ ਦੇ ਤੌਰ 'ਤੇ ਰਹਿ ਗਈ ਆ, ਬਾਕੀ ਉੱਦਾਂ ਨਹੀਂ ਰਹਿ ਗਈ ਗੱਲਬਾਤ ਜਿਹੜੀ ਪਹਿਲਾਂ ਸੀ। ਜੀ, ਤੁਸੀਂ ਪਸੰਦ ਕਰਦੇ ਹੋ ਕਵਾਲੀਆਂ? ਕਵਾਲੀ ਬਹੁਤ ਪਸੰਦ ਕਰਦੇ ਅਸੀਂ ਤਾਂ, ਮਤਲਬ ਪੁਰਾਣੇ ਜ਼ਮਾਨੇ ਦੇ ਬੰਦੇ ਹਾਂ ਤਾਂ ਅਸੀਂ ਕਿਉਂ ਨਹੀਂ ਕਰਦੇ ਹਾਂ, ਜਿੱਦਾਂ ਹੁਣ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ। ਅੱਛਾ, ਇੱਕ ਸੰਦਰ ਸਾਹਿਬ, ਪਹਿਲਾਂ ਕੋਈ ਵੀ ਫਿਲਮ ਚੱਕ ਲਓ, ਪਹਿਲਾਂ ਪੁਰਾਣੀਆਂ ਹਿੰਦੀ ਫਿਲਮਾਂ ਦੀ ਗੱਲ ਕਰ ਲਓ, ਇੱਕ ਕਵਾਲੀ ਜ਼ਰੂਰ ਹੁੰਦੀ ਸੀ ਵਿੱਚ। ਦੇਖੋ ਇਹ ਵਿੱਚ ਜਿਹੜਾ
ਪ੍ਰਾਣ ਦੀ ਯਾਰੀ ਹੈ ਈਮਾਨ ਮੇਰਾ ਯਾਰ ਮੇਰੀ ਜ਼ਿੰਦਗੀ। ਪਿਛਲੀ ਵਾਰੀ ਆਪਣੀ ਮਾਤਾ ਜੀ ਨੂੰ ਸਮਰਪਿਤ ਕਰਤਾ ਦੇ ਦੋ ਪੈਰੇ ਸੁਣਾਏ ਸੀ, ਮੇਰੇ ਦੋ ਪੈਰੇ ਅੱਜ ਜ਼ਰੂਰ 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 ਜੀ ਜ਼ਰੂਰ। ਮੈਨੂੰ ਜੱਗੀ ਸਾਹਿਬ ਲਿਖਣ ਦਾ ਸ਼ੌਂਕ ਹੈ, ਵਿਹਲਾ ਟਾਈਮ ਮੈਂ ਲਿਖਦਾ ਰਹਿਣਾ ਕੁਛ ਨਾ ਕੁਛ, ਬਹੁਤ ਚੰਗੀ ਗੱਲ ਹੈ। ਜੋ ਕੁਛ ਵੀ ਸੁਣਾਉਣਾ ਮੈਂ ਆਪਣਾ ਲਿਖਿਆ ਹੀ ਸੁਣਾਉਣਾ ਉਹਨਾਂ ਜੀ, ਬਹੁਤ ਚੰਗੀ ਗੱਲ। ਠੀਕ ਹੈ ਜੀ, ਦੋ ਦੋ ਪੈਰੇ ਸੁਣਾਉਣਾ ਜੀ, ਇਜਾਜ਼ਤ। ਜ਼ਰੂਰ ਸੰਦਰ ਸਾਹਿਬ ਜ਼ਰੂਰ, ਵੈਲਕਮ ਜੀ। ਹਾਂਜੀ, ਜਦੋਂ ਇੱਕ ਰੋਟੀ ਦੇ ਹੁੰਦੇ ਸੀ ਚਾਰ ਟੁਕੜੇ ਤੇ ਖਾਣ ਵਾਲੇ ਪੰਜ, ਤਦ ਮੈਨੂੰ ਭੁੱਖ ਨਹੀਂ ਇਹ ਕਹਿਣ ਵਾਲੀ ਸਿਰਫ ਤੇ ਸਿਰਫ ਮੇਰੀ ਮਾਂ ਹੁੰਦੀ ਸੀ। ਹਾਏ 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 ਹਾਏ, ਬਿਲਕੁਲ ਸਹੀ ਹੈ ਜੀ। ਚੱਲਿਆ ਹਾਂ ਅੱਜ ਉਸੀ ਘਰ ਵਿੱਚ ਦੁਬਾਰਾ ਜਿੱਥੇ ਮੈਂ ਤੇ ਮੇਰੀ ਮਾਂ ਸੀ ਰਹਿੰਦੇ। ਤਲਾਸ਼ੀ ਲਵਾਂਗਾ ਇੱਕ ਇੱਕ ਕੋਨੇ ਦੀ ਜੀ, ਜਿੱਥੇ ਜਿੱਥੇ ਵੀ ਉਹ ਆਪਣੇ ਗਮ ਲੁਕਵਾ ਕੇ ਰੱਖਦੀ ਸੀ। ਲੱਗਦਾ ਹੈ ਅੱਜ ਮਿਲਣਗੇ ਕਈ ਰੁਮਾਲ ਹੰਝੂਆਂ ਨਾਲ ਭਿੱਜੇ ਅਜੇ ਵੀ, ਜਿਨ੍ਹਾਂ ਨੂੰ ਉਹ ਮੇਰੀਆਂ ਨਜ਼ਰਾਂ ਤੋਂ ਛੁਪਾ ਕੇ ਰੱਖਦੀ ਸੀ। ਥੈਂਕ ਯੂ ਜੀ। ਵਾਹ ਜੀ, ਬਹੁਤ ਵਧੀਆ ਜੀ ਸੰਦਰ ਸਾਹਿਬ। ਅਗਲੀ ਵਾਰ ਦੋ ਪੈਰੇ ਜਿਹੜੇ ਰਹਿ ਗਏ ਆ ਉਹ ਅਗਲੀ ਵਾਰ ਫਿਰ ਸੁਣਾਓ। ਜ਼ਰੂਰ ਸੁਣਾਇਓ ਜੀ, ਜ਼ਰੂਰ, ਬੜੀ ਮਿਹਰਬਾਨੀ ਤੁਹਾਡੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ ਜੀ, ਤੁਹਾਡੀ ਕਾਲ ਲੱਗ ਗਈ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਹਾਂ ਜੀ ਜੱਗੀ ਵੀਰੇ, ਸਤਿ ਸ਼੍ਰੀ ਅਕਾਲ। ਓਹ ਜੀ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਪਤਾ ਨਹੀਂ ਕਿੱਧਰ ਗੁਆਚ ਗਏ। ਕੀ ਹਾਲ ਚਾਲ? ਮੈਂ ਪਹਿਲਾਂ ਦੋ ਵਾਰੀ ਲਾਇਆ ਫੋਨ, ਲੱਗਾ ਨਹੀਂ। ਅੱਛਾ ਨਹੀਂ, ਫਿਰ ਫੋਨ ਤਾਂ ਠੀਕ, ਮੈਂ ਤਕਰੀਬਨ ਹੋਲਡ ਕਰ ਲੈਂਦਾ ਹੁਣ ਕਾਲਾਂ ਤੇ। ਆਹੋ ਚਲੋ ਫਿਰ ਪਹਿਲਾਂ ਸੱਜਰਾ ਲਾ ਲਿਆ, ਨਹੀਂ ਲੱਗਾ ਹੁਣ ਉਸ ਵੇਲੇ ਜਦੋਂ ਕੋਈ ਲੱਗੇ ਹੀ ਆ। ਅੱਛਾ ਅੱਛਾ ਅੱਛਾ, ਠੀਕ ਹੈ। ਬਾਕੀ ਤੁਸੀਂ ਗੱਲ ਕੀਤੀ ਸੀ ਆਪਣੇ ਪੂਰਨ ਸਿੰਘ ਦੀ, ਤਾਂ ਉਹਦੀ ਮਦਰ ਟੇਸਾ ਦੀ, ਪਰ ਜਿੰਨਾ ਕੰਮ ਪੂਰਨ ਸਿੰਘ ਦਾ ਜ਼ਿਆਦਾ ਸੀ ਪਰ ਆਦਰ ਮਾਣ ਮਦਰ ਟੇਸਾ ਨੂੰ ਜ਼ਿਆਦਾ ਮਿਲਿਆ, ਕਿਉਂਕਿ ਉਹਦੇ ਪਿੱਛੇ ਗੌਰਮੈਂਟਾਂ ਦਾ ਹੱਥ ਸੀ ਤੇ ਇਹ ਵਿਚਾਰਾ ਸਮਾਜ ਸੇਵਕ ਆਪਣੇ ਪਰਦ ਤੇ ਸੀਗਾ, ਪਰ ਕੰਮ ਜ਼ਿਆਦਾ ਪੂਰਨ ਸਿੰਘ ਦਾ ਸੀ ਤੇ ਨੰਬਰ ਲੈ ਗਈ ਮਦਰ ਟੇਸਾ। ਦੇਖੋ ਜੀ, ਇਹਦੇ 'ਚ ਵੀ ਉਹੀ ਚੀਜ਼ ਆ ਗਈ ਰਾਜਨੀਤੀ, ਉਹਨਾਂ ਨੇ ਮਦਰ ਟੇਸਾ ਨਾਲ ਸਰਕਾਰਾਂ ਜੋੜ ਲਈਆਂ, ਨਾਲ ਥੋੜ੍ਹੀ ਰਾਜਨੀਤੀ ਵਰਤ ਲਈ ਅਤੇ ਨੋਬਲ ਪ੍ਰਾਈਜ਼ ਮਿਲਿਆ, ਹਾਲਾਂਕਿ ਕੰਮ ਪੂਰਨ ਸਿੰਘ ਜੀ ਦੇ ਉਦੋਂ ਕਿਤੇ ਜ਼ਿਆਦਾ ਵੱਡੇ ਸੀ, ਕਿਤੇ ਜ਼ਿਆਦਾ ਵੱਡੇ। ਬਿਲਕੁਲ ਬਿਲਕੁਲ ਜੀ, ਇਹ ਮੈਂ ਇਹ ਪੜ੍ਹ ਰਿਹਾ ਸੀ, ਕਿਤੇ ਪੜ੍ਹ ਰਿਹਾ ਸੀਗਾ, ਕਈ ਲੋਕ ਇਹਨਾਂ ਨੂੰ ਸੀਗਾ ਆਪਾਂ ਸਾਰੇ ਕਹਿੰਦੇ ਸੇਵਾ ਬਹੁਤ ਕੀਤੀ ਮਦਰ ਟੇਰੇਸਾ ਨੇ, ਪਰ ਕਈ ਲੋਕ ਨਹੀਂ ਸਮਝਦੇ, ਕੁਛ ਲੋਕ ਇੱਕ ਖਾਸ ਤਬਕਾ ਜਿਹੜਾ ਉਹਨਾਂ ਨੇ ਇਹਨਾਂ ਦੇ ਖਿਲਾਫ ਵਿਰੋਧ ਵੀ ਕੀਤਾ ਸੀਗਾ। ਹਾਂ ਜੀ, ਇਹ ਫਿਰ ਥੋੜ੍ਹਾ ਜਿਹਾ ਸਰਕਾਰਾਂ ਮਗਰ ਹੋ ਗਏ ਨਾ, ਇਹ ਇਕੱਲੇ ਰਹਿ ਗਏ ਬੈਰੇ ਪੰਜਾਬ 'ਚ। ਪੰਜਾਬ ਦੀ ਸਰਕਾਰ ਨੇ ਇਹਨਾਂ ਦਾ ਪਿੱਛਾ ਨਹੀਂ ਕੀਤਾ, ਸਰਕਾਰ ਨੇ ਤਾਂ ਇਹਨਾਂ ਕੋਈ ਗ੍ਰਾਂਟ ਨਹੀਂ ਦਿੱਤੀ ਨਾ ਕੋਈ ਸਹਾਇਤਾ ਕੀਤੀ। ਇਹ ਤਾਂ ਆਪਣੇ ਬਲਬੂਤੇ ਦੇ ਵਿਚਾਰਿਆਂ ਨੇ, ਅੱਜ ਦੇਖ ਲਓ ਕਿੱਡੀ ਸੰਸਥਾ ਖੜੀ ਆ ਜਿਹੜੀ ਲੱਖਾਂ ਕਰੋੜਾਂ ਬੰਦਿਆਂ ਦਾ ਇਲਾਜ ਕਰਦੇ ਆ। ਸਰਕਾਰ ਨੇ ਤਾਂ ਵਿੱਚੋਂ ਬੰਦ ਕਰਾਤਾ ਸੀਗਾ ਜੀ ਉੱਥੇ ਆ ਕੇ, ਹੋਰ ਉੱਥੇ ਅੰਮ੍ਰਿਤਸਰ ਮੋਹਰੇ ਦਰਬਾਰ ਸਾਹਿਬ ਮੋਹਰੇ ਘਟਾਰਾ ਜਿਹਾ ਪਾ ਕੇ ਬੈਠੇ ਨੂੰ ਘਟਾਰਾ ਜਿਹਾ ਢਾ ਕੇ ਪਰੇ ਮਾਰਿਆ ਸੀ ਸੀਗੇ। ਹਾਂ, ਲੋਕਾਂ ਨੇ ਵਿਰੋਧ ਕੀਤਾ ਤੇ ਫਿਰ ਹਟੀਆਂ ਸਰਕਾਰ। ਹਾਂ ਫਿਰ ਲੱਗਾ ਕੀ ਹੈ ਸਰਕਾਰਾਂ ਦਾ ਜੇਦ ਕਰਦੀਆਂ। ਹਾਂਜੀ, ਤੁਸੀਂ ਇੱਕ ਮਿੰਟ ਮਾੜਾ ਜਿਹਾ ਹੋਲਡ ਰੱਖਿਓ, ਮਾੜਾ ਜਿਹਾ ਹੋਲਡ ਰੱਖਿਓ। ਹਾਂਜੀ ਸੁਰਿੰਦਰ ਸਿੰਘ ਜੀ, ਹੈਲੋ। ਹਾਂਜੀ ਹਾਂਜੀ ਹਾਂਜੀ, ਕੀ ਸੁਣਾਓਗੇ ਅੱਜ? ਅੱਜ ਰਾਜਵ ਬੱਲੂ ਜੀ ਕਹਿੰਦਾ ਵੀ ਮੈਨੂੰ ਰੂਹ ਮੇਰੀ ਲੈ ਜਾਓ ਤੇ ਮੇਰੀ ਇੱਥੋਂ ਦੇਹ ਨਾਲ ਜਾਓ ਹਿੰਦੁਸਤਾਨ ਚੋਂ। ਕੌਣ ਜੀ? ਰਾਜਵ ਬੱਲੀ। ਅੱਛਾ, ਰਾਜਵ ਬੱਲੀ ਸਾਹਿਬ, ਹਾਂ ਵਾਹ ਵਾਹ ਵਾਹ। ਕਹਿਣ ਲੱਗੇ ਫਰਿਸ਼ਤੇ ਨੂੰ ਮੇਰੀ ਰੂਹ ਲੈ ਜਾ ਜਿੱਧਰ ਜੀ ਤੇਰਾ, ਪਰ ਸੱਜਣ ਮਲਾ ਦੇ ਮੀ ਮਨ ਲੈ ਰੱਬ ਦਾ ਵਾਸਤਾ ਮੇਰਾ ਜੀ, ਫਿਰ ਲੈ ਜਾਈ ਅਰਸ਼ਾਂ ਤੇ ਕੇਰਾਂ ਤੂੰ ਸਾਹੋ ਸੈਰ ਕਰਾ ਕੇ, ਵੀਰ ਬਾਰਡਰ ਲੰਕੇ ਤੇ ਵੇਖ ਲੋ ਕਬਰ ਗੁਰੂ ਦੀ ਆ ਕੇ, ਪੌਰ ਉੱਡਿਆ ਜਾਂਦਾ ਵੀ ਕਰਦਾ ਜਾਂਦਾ ਸਾਹੋ ਸਾਹੋ, ਕਹੇ ਜਨਮ ਭੂਮਿਕਾ ਮੈਂ ਮੇਰੀ ਅਰਥੀ ਮੋੜ ਲਿਆ, ਵਾਜੋਂ ਸੱਜਣ ਪਿਆਰਿਆਂ ਦੇ ਕਰੂੰ ਕੀ ਮੈਂ ਸੁਰਗਾਂ ਵਿੱਚ ਜਾ ਕੇ, ਵੀਰ ਬਾਰਡਰ ਲੰਕੇ ਤੇ ਵੇਖ ਲੈ ਕਬਰ ਗੁਰੂ ਦੀ ਆ ਕੇ। ਦੋ ਕਵਿਤਾ ਬੋਲੀ ਬਾਰੇ ਜੀ, ਆਜੋ ਜੇ ਗੁਰਮੁਖੀ ਕਿਸੇ ਨੇ ਸਿੱਖਣੀ, ਪੜ੍ਹਨੀ ਆਸਾਨ ਤੇ ਸਿਖਾਲੀ ਲਿਖਣੀ, ਅੱਖਰ ਜੇ ਬਾਂਗ ਜੋ ਜਲੇਬੀ ਬੋਲੀ ਦੇ, ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ, ਖੰਡ ਤੋਂ ਮਿੱਠੀ ਬੋਲੀ ਪਿਆਰੇ ਵਤਨ ਪੰਜਾਬ ਦੀ, ਮੁੱਖ ਚੋਂ ਲਵਟਾ ਮਨ ਜੈਸੇ ਅਤਰ ਗੁਲਾਬ ਦੀ, ਹੋਰ ਸਤਾਉਣ ਜਵਾਨਾ ਮੁੱਖ ਚ ਜਲ ਭਰ ਡੋਲੀ ਦਾ, ਕਰਦੇ ਨਾ ਹਮਦਰਦ ਉਹ ਦਰਦ ਪੰਜਾਬੀ ਬੋਲੀ ਦਾ, ਆਪਣੀ ਜਵਾਨ ਛੱਡ ਗੈਰਾਂ ਦੇ ਮਗਰ ਲੱਗਾ, ਇਥੋਂ ਵੱਧ ਬੇਰੂਖਾ ਕਿਹੜੀ ਗੱਲ ਪਾਪ ਦੀ,
ਬਾਬੂ ਜੀ ਪੰਜਾਬੀ ਵੀਰੇ ਸਿੱਖ ਦਾ ਜਵਾਨਾ ਹੋਰ, ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਬਾਪ ਦੀ, ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜਵਾਨਾ ਹੋਰ, ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਬਾਪ ਦੀ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ, ਧੰਨਵਾਦ, ਬੜੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ ਸੁਰਿੰਦਰ ਸਿੰਘ ਜੀ। ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਸੁਣ ਸੁਣਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਹੀ ਸਾਡੀ ਪੰਜਾਬੀ ਬੋਲੀ ਹੈ। ਇਹਦੇ 'ਚ ਤਾਂ ਜਿਵੇਂ ਪਹਿਲਾਂ, ਹੁਣ ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ ਰਾਤ ਨੂੰ ਬਾਤਾਂ ਪਾਉਣੀਆਂ ਸ਼ੁਰੂ ਕਰ ਦਿੰਦੇ ਹੁੰਦੇ ਸੀਗੇ। ਸਰਦੀਆਂ ਦੇ ਦਿਨਾਂ ਵਿੱਚ ਭੱਠੀ ਜਿਹੜੀ ਤਾ ਕੇ ਚਲ ਜਾਂਦੀ ਹੁੰਦੀ ਸੀ ਭੱਠੀ ਵਾਲੀ, ਅਤੇ ਉਦੋਂ ਬਾਅਦ ਭੱਠੀ ਦੇ ਆਲੇ ਦੁਆਲੇ ਬੈਠ ਕੇ ਸਾਰੀ ਸਾਰੀ ਰਾਤ ਕੱਢਦੇ ਸੀ ਪੰਜਾਬੀ ਦੀਆਂ ਗੱਲਾਂ ਕਰਦੇ ਕਰਦੇ। ਅਤੇ ਹੁਣ ਉਹ ਜਿਹੜੀਆਂ ਸੱਥਾਂ ਹੁੰਦੀਆਂ ਸੀਗੀਆਂ, ਜਿਹੜੀਆਂ ਭੱਠੀਆਂ ਹੁੰਦੀਆਂ ਸੀ ਜਾਂ ਦਾਦੀਆਂ ਨਾਨੀਆਂ ਦੀਆਂ ਬਾਤਾਂ ਹੁੰਦੀਆਂ ਸੀਗੀਆਂ, ਉਹ ਹੁਣ ਆਹ ਚੀਜ਼ਾਂ ਬਣ ਗਈਆਂ, ਟੀ ਵੀ ਬਣ ਗਿਆ। ਹੁਣ ਉਹੀ ਗੱਲਾਂ ਬਾਤਾਂ ਆਪਾਂ ਇਹਦੇ 'ਚ ਕਰਦੇ ਹਾਂ। ਫਿਲਹਾਲ ਵੇਖ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਜਾਈ ਨੂੰ ਜਲਵੇ ਜੱਗੀ ਦੇ ਲੈਂਦੇ, ਤੁਹਾਡੀਆਂ ਕਾਲਾਂ ਜਾਣਦੇ, ਤੁਹਾਡੇ ਵਿਚਾਰ ਫਟਾਫਟ। ਹੈਲੋ 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 ਬਈ ਜੱਗੀ ਸਾਹਿਬ। ਹਾਂਜੀ ਹਾਂਜੀ, ਪਰੀ ਪਰ ਮਾਸੀ ਠੀਕ ਠਾਕ ਹੋ? ਹਾਂ ਬਸ ਠੀਕ ਠਾਕ ਆ, ਬੈਠੀ ਆ, ਤੁਹਾਨੂੰ ਦੇਖਦੇ ਆ। ਕਵਾਲੀਆਂ ਕਵਾਲੀਆਂ ਸੁਣੀਆਂ ਕਦੇ? ਕਵਾਲੀਆਂ ਕਵਾਲੀਆਂ ਸੁਣੀਆਂ ਕਦੇ? ਕਵਾਲੀਆਂ ਕਵਾਲੀਆਂ ਸੁਣੀਆਂ ਮੈਂ ਬਹੁਤ ਦੇਖੀਆਂ, ਕਵਾਲੀਆਂ ਬਹੁਤ ਦੇਖੀਆਂ। ਨਹੀਂ ਸੁਣੀਆਂ, ਮੇਰੇ ਵਿਆਹ ਵੇਲੇ ਅਸੀਂ ਕਵਾਲੀਆਂ ਦਾ ਗੀਤ ਗਾਏ ਸੀ। ਪੰਜਾਬੀ ਚ ਲਿਖੋ ਕੱਪ ਤੇ ਪੰਜਾਬੀ ਚ ਦੇਖੋ। ਹਾਂ ਤੇ ਮੈਨੂੰ ਕਿਹੜਾ ਇੰਗਲਿਸ਼ ਆਉਂਦੀ ਆ, ਮਾੜਾ ਮੋਟਾ ਚੱਲ ਕਰ ਲਈਦਾ। ਤੁਸੀਂ ਕਵਾਲੀਆਂ ਕਵਾਲੀ ਵਿਆਹ ਵਾਲੇ ਕਿਹੜਾ ਗਾਣਾ ਗਾਇਆ ਸੀ? ਕਵਾਲੀ ਚ ਵਿਆਹ ਦੇ ਕਵਾਲੀਆਂ ਦੇ ਵਿੱਚ ਗਾਣਾ ਵਾਣਾ ਯਾਦ ਨੀ, ਤੇ ਕਵਾਲੀਆਂ ਇੱਕ ਕੁੜੀ ਦੇ ਮੇਰੇ ਵਿਆਹ ਵੇਲੇ ਸੀ ਨਾ, ਸੱਦੀਆਂ ਸੀ ਆਂਢ ਗੁਆਂਢ ਦੀਆਂ ਤੇ ਪੰਡਤਾਂ ਦੀਆਂ ਕੁੜੀਆਂ, ਤੇ ਕਵਾਲੀਆਂ ਬਹੁਤ ਸੋਹਣੀਆਂ ਗਾਈਆਂ ਹੁਣ ਮੇਰੇ ਯਾਦ ਨੀ। ਵਿਆਹ ਨੂੰ ਵੀ ਹੋਵੇ ਬਹੁਤ ਵਾਰੀ, ਇਹ 21-22 ਸਾਲ ਹੋਵੇ। ਚਲੋ ਆਹ ਤਾਂ ਬੜੀ ਚੰਗੀ ਗੱਲ ਹੈ ਜੀ, ਬੜੀ ਵਧੀਆ ਗੱਲ ਦੱਸੀ ਤੁਸੀਂ। ਵਿਆਹ ਦੇ ਵਿੱਚ ਕਵਾਲੀਆਂ ਵੀ ਗਾਉਂਦੇ ਸੀ? ਚਲੋ ਸਿੱਖਣੀਆਂ ਪਟਾਲਵੀ ਦੇ ਬਹੁਤ ਗਾਣੇ ਹੁੰਦੇ, ਜਿਹੜਾ ਅੱਜ ਤੁਸੀਂ ਗਾਣਾ ਦਿਖਾਇਆ ਨਾ, ਹੈ ਉਹ ਬਹੁਤ ਵਧੀਆ, ਮੈਨੂੰ ਬਹੁਤ ਮਨ ਖੁਸ਼ ਹੋ ਗਿਆ। ਗਾਣੇ ਸਾਰੇ ਵਧੀਆ ਇਹਨਾਂ ਨੇ ਸ਼ਿਵ। ਹਾਂ ਤੇ ਫਿਰ ਹੁਣ ਅਸੀਂ ਤਾਂ ਪੰਜਾਬੀ ਬੋਲਣੇ ਨਾ, ਸਾਡੀ ਬੋਲੀ ਪੰਜਾਬੀ ਮਾਂ ਬੋਲੀ ਹੈ ਨਾ, ਤੇ ਇੰਗਲਿਸ਼ ਅਸੀਂ ਬੋਲਣੀ ਨੀ, ਬੋਲ ਵੀ ਲੈਂਦੇ ਚੱਲ ਮਾੜੀ ਮੋਟੀ, ਤੇ ਹਿੰਦੀ ਵੀ ਨੀ ਬੋਲਣੀ। ਹੁਣ ਦੇਖੋ ਸਰਕਾਰਾਂ ਦਾ, ਤੇ ਵਿਚਾਰੇ ਭੁੱਖੇ ਮਰਦੇ ਆ, ਕੀ ਉਹਨਾਂ ਦੇ ਲੱਛਣ ਕਰਦੇ ਆ, ਤੇ ਕਿਸੇ ਨੂੰ ਰੋਟੀ ਦੀ ਵਰਤੀ ਦਿੰਦੇ, ਤੇ ਗੋਲਕਾ ਭਰੀ ਬੈਠੇ ਨੇ। ਚਲੋ ਹਾਂ ਜੀ ਵੇਲਾ, ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਟੀਵੀ ਘੱਟ ਕਰਿਓ ਤੇ ਹਾਂਜੀ ਹੁਕਮ ਕਰ ਲਿਓ ਜੀ। ਮੈਂ ਮਾਸਟਰ ਸੁਰਜੀਤ ਟ੍ਰੇਸੀ ਤੋਂ ਆ। ਵਾਹ ਜੀ ਵਾਹ, ਗਵਾਂਢੀਓ ਟ੍ਰੇਸੀ ਵਾਲੇ ਸਾਡੇ ਗਵਾਂਢੀਓ ਹੀ ਹੋ ਗਏ ਜੀ ਮਾਸਟਰ ਜੀ, ਬੜੇ ਕਾਫੀ ਦਿਨਾਂ ਬਾਅਦ, ਕਾਫੀ ਦਿਨਾਂ ਬਾਅਦ। ਹਾਂਜੀ ਭਾਈ, ਹਾਂਜੀ ਕੀ ਸੁਣਾਓਗੇ? ਹਾਂਜੀ ਹਾਂਜੀ, ਤੇ ਕਵਾਲੀ ਠੀਕ ਆ, ਸਾਡੇ ਸਮੇਂ ਦਾ ਸੀਗਾ ਸ਼ਿੰਗਾਰ ਸੀ, ਪਰ ਹੌਲੀ ਹੌਲੀ ਹੁਣ ਜਿਸ ਤਰ੍ਹਾਂ ਜ਼ਮਾਨਾ ਚ ਬਦਲਦਾ ਜਾਂਦਾ, ਕਵਾਲੀਆਂ ਬਦਲਦੀਆਂ ਜਾਂਦੀਆਂ, ਬਿਲਕੁਲ। ਹੁਣ ਤਾਂ ਪੌਪ ਆ ਗਿਆ, ਪੌਪ ਤੋਂ ਟੁਲਟ ਮੱਕਾ ਆ ਗਿਆ। ਚਲੋ ਜੀ, ਤੇ ਮੈਂ ਇੱਕ ਕਵਿਤਾ ਲਿਖੀ ਆ ਸ਼ਿਕਾਇਤ ਜੀ, ਥੋੜੀ ਉਹਦਾ ਮੈਂ ਮੁਖੜਾ ਸੁਣਾਉਣਾ ਤੁਹਾਨੂੰ। ਤੁਰ ਗਈਆਂ ਜਨਮ ਦੇਣ ਵਾਲੀਆਂ ਮਾਵਾਂ, ਵਾਹ ਜੀ ਵਾਹ, ਨਹੀਂ ਮਿਲਣੇ ਬਚਪਨ ਦੇ ਸਾਥੀ, ਯਾਦ ਆਉਂਦੀਆਂ ਜੰਮਣ ਭੋ ਵਰਗੀਆਂ ਥਾਵਾਂ ਜੀ। ਦੱਸੋ ਕੋਈ ਮੰਤਰ ਉਮਰ ਨਿਆਣੀ ਨੂੰ ਮੋੜ ਲਿਆਵਾਂ ਜੀ, ਵਾਹ। ਸੁਖਾਵਾਂ ਰਹੇ ਜ਼ਿੰਦਗੀ ਦਾ ਸਫ਼ਰ, ਹਰ ਇੱਕ ਚਾਹੁੰਦਾ ਮਾਣਦਾ, ਇਸ ਦੀ ਕਿਸਮਤ ਵਿੱਚ ਕੀ ਲਿਖਿਆ ਸਿਰਫ ਉਹੀ ਜਾਣਦਾ ਜੀ। ਕੋਈ ਧਨੀ ਹੈ, ਕੰਗਾਲ ਹੈ, ਡਰਪੋਕ ਹੈ ਜਾਂ ਸੂਰਾ ਹੈ ਜੀ, ਜਿੱਥੋਂ ਤੱਕ ਮੈਂ ਜਾਣਿਆ ਜ਼ਿੰਦਗੀ ਦਾ ਸਫ਼ਰ ਹਰ ਇੱਕ ਦਾ ਹੀ ਅਧੂਰਾ ਅਧੂਰਾ ਹੈ ਜੀ। ਜ਼ਿੰਦਗੀ 'ਚ ਬਹੁਤ ਹੈ ਗਮ ਜੋ ਦਿਸਦੇ ਨਹੀਂ, ਪਰ ਇਸਦਾ ਮਤਲਬ ਆ ਉਹ ਰਿਸਦੇ ਨਹੀਂ, ਪਰ ਇਸਦਾ ਮਤਲਬ ਆ ਉਹ ਰਿਸਦੇ ਨਹੀਂ, ਉਹ ਭੇਦ ਭਾਵ ਨਹੀਂ ਕਰਦਾ, ਸਭ ਤੇ ਨਜ਼ਰੇ ਅਨਾਇਤ ਹੈ, ਇਕੱਲਾ ਮੈਂ ਨਹੀਂ ਕਹਿੰਦਾ, ਹਰ ਇੱਕ ਨੂੰ ਜ਼ਿੰਦਗੀ ਪ੍ਰਤੀ ਕੋਈ ਨਾ ਕੋਈ ਸ਼ਿਕਾਇਤ ਹੈ, ਹਰ ਇੱਕ ਨੂੰ ਜ਼ਿੰਦਗੀ ਪ੍ਰਤੀ ਕੋਈ ਨਾ ਕੋਈ ਸ਼ਿਕਾਇਤ ਹੈ। ਇਹ ਮੁੱਖੜਾ, ਚਲੋ ਫੇਰ ਜਦੋਂ ਟਾਈਮ ਦਿੱਤਾ ਫੇਰ ਗਾਉਣਾ, ਫੇਰ ਚੱਲਾਂਗੇ ਜ਼ਰੂਰ। ਮਿਹਰਬਾਨੀ ਮਾਸਟਰ ਜੀ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ ਹੈਲੋ
ਹਾਂਜੀ ਜੱਗੀ ਜੀ ਸਤਿ ਸ੍ਰੀ ਅਕਾਲ, ਮੈਂ ਗੁਰਮੇਲ ਸਿੰਘ ਜੀ ਬੋਲਦਾ ਜੀ। ਜੀ ਧੀਰ ਸਾਹਿਬ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜੀ। ਹਾਂਜੀ, ਤੁਸੀਂ ਐਡੇ ਐਡੇ ਮਹਾਨ ਕਲਾਕਾਰਾਂ ਨੂੰ ਯਾਦ ਕਰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਵਧੀਆ ਲੱਗਦਾ ਜੀ ਗਾਇਕੀ। ਹਾਂਜੀ ਹਾਂਜੀ, ਉਹ ਲੋਕ ਜਿਹੜੇ ਖਾਸ ਕਰਕੇ ਇਸ ਦੁਨੀਆਂ ਤੋਂ ਹੁਣ ਚਲੇ ਗਏ ਜੀ, ਮੈਂ ਇਹਨਾਂ ਦਾ ਸ਼ੋਅ ਦੇਖਿਆ ਨੁਸਰਤ ਫਤਿਹ ਅਲੀ ਖਾਨ ਦਾ। ਵਾਹ, ਅੱਛਾ ਜੀ। ਹਾਂਜੀ, ਮੈਨੂੰ ਸਾਰੇ ਹੀ ਲੋਕ ਗਾਉਣ ਵਾਲੇ ਪਸੰਦ ਨੇ, ਕਿਉਂਕਿ ਮੈਂ ਮਿਊਜ਼ਿਕ ਦੀ ਬਹੁਤ ਇੱਜ਼ਤ ਕਰਦਾ। ਜੀ ਜੀ ਜੀ, ਕਿਹੜੀ ਜਗ੍ਹਾ ਦੇ ਖੇਡੇ ਸੀ? ਕੈਨੇਡਾ? ਹਾਂਜੀ, ਇਹ ਤੇ ਰੋਇਲ ਫੰਕਸ਼ਨ ਹਾਲ ਦੇ ਵਿੱਚ ਹੋਇਆ ਸੀ ਟੋਰਾਂਟੋ ਉਸ ਜ਼ਮਾਨੇ 'ਚ। ਤੇ ਇਹਨਾਂ ਇਹਨਾਂ ਦੇ ਭਤੀਜੇ ਰਾਹਤ ਫਤਿਹ ਅਲੀ ਖਾਨ ਦਾ ਵੀ ਅੱਜ ਤੋਂ 3 ਸਾਲ ਪਹਿਲਾਂ ਮੈਂ ਸ਼ੋਅ ਦੇਖਿਆ ਸੀ ਇੱਥੇ, ਤੁਸੀਂ ਵੀ ਉੱਥੇ ਸ਼ੋਅ ਕਰਕੇ ਗਿਆ ਸੀ ਭਗਵੰਤ ਮਾਨ ਹਰਸ਼ੀ ਸੈਂਟਰ ਦੇ ਵਿੱਚ, ਹਰਸ਼ੀ ਸੈਂਟਰ ਦੇ ਵਿੱਚ। ਹੁਣ ਉਹਨਾਂ ਦਾ ਨਾਂ ਕੁਛ ਹੋਰ ਰੱਖਿਆ, ਮੈਨੂੰ ਇਸ ਵੇਲੇ ਯਾਦ ਨਹੀਂ ਆ ਰਿਹਾ। ਹਾਂਜੀ, ਪਰ ਜੋ ਗਾਇਕੀ ਨੁਸਰਤ ਸਾਹਿਬ ਦੀ ਸੀ, ਰਾਹਤ ਸਾਹਿਬ ਠੀਕ ਹੈ ਗਾਉਂਦੇ, ਵਧੀਆ ਨੇ, ਸਾਰਾ ਕੁਛ ਠੀਕ ਹੈ, ਪਰ ਉਹ ਰੰਗ ਜਿਹੜਾ ਸੀਗਾ ਉਹ ਵੱਖਰੇ ਸੀਗਾ। ਹਾਂ, ਹਰ ਕਲਾਕਾਰ ਦਾ ਆਪਣਾ ਰੰਗ ਹੁੰਦਾ ਜੀ, ਬਿਲਕੁਲ। ਹੁਣ ਤੁਸੀਂ ਦੇਖੋ ਅੱਗੇ ਫਿਲਮਾਂ ਦੇ ਵਿੱਚ ਜਿਹੜੀਆਂ ਅੱਜ ਮੈਂ ਦੋ ਚੀਜ਼ਾਂ ਮਿਸ ਕਰਦਾ ਜੀ, ਇੱਕ ਤਾਂ ਕਵਾਲੀ ਔਰ ਦੂਸਰਾ ਜਿਹੜੀ ਹਿੰਦੀ ਫਿਲਮਾਂ ਦੇ ਵਿੱਚ ਭਜਨ ਆਉਂਦੇ ਸੀ, ਭਜਨ ਹੁੰਦਾ ਸੀ, ਕਵਾਲੀ ਹੁੰਦੀ ਸੀ, ਫਿਰ ਇੱਕ ਸੌਂਗ ਜਿਵੇਂ ਅੱਜ ਕੱਲ੍ਹ ਆਈਟਮ ਸੌਂਗ ਆ ਗਏ, ਇੱਕ ਸੌਂਗ ਫਿਰ ਉਹ ਹੁੰਦਾ ਸੀ ਜਾਣੀ ਮੁਜਰਾ ਟਾਈਪ, ਗਾਣੇ ਬਹੁਤ ਸੋਹਣੇ ਹੁੰਦੇ ਸੀ, ਬਹੁਤ ਵਧੀਆ ਗਾਣੇ ਹੁੰਦੇ। ਹੁਣ ਤੁਸੀਂ ਦੇਖੋ ਮੁਹੰਮਦ ਰਫੀ ਸਾਹਿਬ, ਮੰਨਾ ਡੇ ਔਰ ਆਸ਼ਾ ਭੋਸਲੇ ਨੇ ਜੀ ਇੱਕ ਕਵਾਲੀ ਗਾਈ ਸੀ, ਕਵਾਲੀ ਉਹ ਬੜੀ ਲੰਬੀ ਆ, ਜੇ ਇਸ਼ਕ ਇਸ਼ਕ ਹੈ ਇਸ਼ਕ, ਹਾਂਜੀ ਹਾਂਜੀ, ਕਿਆ ਸ਼ਾਨਦਾਰ ਕਵਾਲੀ ਧੂਮ ਮਚਾਈ ਹੋਈ ਆ, ਉਹਨੂੰ ਲਾ ਕੇ ਦੇਖਿਓ ਕਦੇ ਗਾਣੇ ਨੂੰ, ਜਾਂ ਥੋੜਾ ਜਿਹਾ ਹੱਦ ਹੀ ਲਾ ਦਿਓ ਜੀ ਜੀ ਜੀ। ਮੁਹੰਮਦ ਰਫੀ ਸਾਹਿਬ, ਮੰਨਾ ਡੇ ਔਰ ਆਸ਼ਾ ਭੋਸਲੇ ਜ਼ਰੂਰ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਸਮੇਂ ਸਮੇਂ ਤੇ ਤੀਰ ਸਾਹਿਬ। ਔਰ ਫਿਰ ਦੇਖੋ ਇਹਨਾਂ ਦੇਖੋ ਬੜੇ ਗੁਲਾਮ ਅਲੀ ਖਾਨ, ਵਾਹ ਜੀ ਵਾਹ, ਹਾਂਜੀ, ਉਹ ਲੋਕ ਕਿਆ ਲੋਕ ਹੁੰਦੇ ਸੀ ਜਿਹੜੀਆਂ ਉਹਨਾਂ ਨੇ ਕਵਾਲੀਆਂ ਗਾਈਆਂ, ਮੈਨੂੰ ਤਾਂ ਲੱਗਦਾ ਨੀ ਕੋਈ ਅੱਜ ਗਾ ਸਕਦਾ ਹੋਵੇ, ਕਿੰਨਾ ਦਮ ਹੁੰਦਾ ਸੀ ਉਹਨਾਂ ਚ। ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਸਾਡੇ ਬੰਦੇ ਜਿਹੜੇ ਸਾਡੇ ਆਪਣੇ ਇੰਡੀਆ ਦੇ ਪੰਜਾਬ ਦੇ ਬੰਦੇ ਆ, ਉਹ ਧੂਮ ਧੜੱਕੇ ਵਾਲੇ ਗਾਣੇ ਪਸੰਦ ਕਰਦੇ ਆ, ਪਰ ਇਹ ਕਵਾਲੀਆਂ ਦੇ ਵਾਸਤੇ ਤੁਹਾਡਾ ਦਮ ਹੋਣਾ ਚਾਹੀਦਾ ਜੀ, ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਚੀਜ਼ ਗਾ ਰਹੇ ਹੋ ਜੀ। ਜੀ ਜੀ ਜੀ, ਮਿਹਰਬਾਨੀ ਜੀ ਤੀਰ ਸਾਹਿਬ, ਬਹੁਤ ਮਿਹਰਬਾਨੀ। ਫਿਰ ਦੁਬਾਰਾ ਗੱਲਬਾਤ ਹੋਏਗੀ ਜੀ, ਸਮਾਂ ਅੱਗੇ ਆਗਿਆ ਨਹੀਂ ਦਿੰਦਾ, ਬ੍ਰੇਕ ਦਾ ਸਮਾਂ ਕਾਫੀ ਅੱਗੇ ਲੰਘ ਗਿਆ, ਸੋ ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ। ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਜਾਈਨੂ ਜਲ ਵਿੱਚ ਜੱਗੀ ਦੇ ਆਖਰੀ ਪੜਾਅ ਆ, ਕਾਲਾਂ ਸਿਲਸਿਲਾ ਹੁਣ ਨਹੀਂ ਲਿਆ ਹੋਣਾ, ਪਰ ਮੈਂ ਜਾਂਦੇ ਜਾਂਦੇ ਗੱਲ ਮੇਰੇ ਦਿਮਾਗ 'ਚ ਪ੍ਰੋਗਰਾਮ ਜਦੋਂ ਸ਼ੁਰੂ ਕੀਤਾ ਉਦੋਂ ਦੀ ਕਰਨ ਕਰਦਾ ਮੈਂ ਕਿ ਹੁਣ ਕਰ ਹੀ ਲੈਂਦੇ ਹਾਂ, ਇਸੇ ਜਿਹੜੀ ਇਹੋ ਜਿਹਾ ਸੰਗੀਤ ਹੁੰਦਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਬਾਹਲੇ ਲੋਕਾਂ ਨੂੰ ਹਜ਼ਮ ਨਹੀਂ ਹੁੰਦਾ ਚੰਗਾ ਸੰਗੀਤ ਜਿਹੜਾ, ਉਹ ਵੀ ਤਕਰੀਬਨ ਕੁਝ ਕੁ ਲੋਕ ਬੱਚੇ ਨੇ ਜਿਹੜਾ ਚੰਗਾ ਸੰਗੀਤ ਪਸੰਦ ਕਰਦੇ ਨੇ, ਸੁਰਾਂ ਵਾਲਾ ਸੰਗੀਤ ਪਸੰਦ ਕਰਦੇ ਨੇ। ਅੱਜ ਕੱਲ੍ਹ ਦੀ ਜਨਰੇਸ਼ਨ ਦੀ ਗੱਲ ਕਰੀਏ ਤਾਂ ਉਹ ਧੂਮ ਧੜੱਕੇ ਵਾਲਾ, ਹੋ ਹੱਲੇ ਵਾਲਾ, ਇੱਦਾਂ ਦੇ ਜਿੱਦਾਂ ਦੇ ਗੀਤ ਆਉਂਦੇ ਨੇ, ਰਫਲਾਂ ਵਾਲੇ, ਪਤਾ ਨਹੀਂ, ਮਤਲਬ ਅੱਧਿਓ ਵੱਧ ਸਿੰਗਰ ਜਿਹੜੇ ਇੰਨੇ ਜ਼ਿਆਦਾ ਹਿੱਟ ਨੇ, ਜਿਹੜੇ ਕਿ ਸੁਪਰ ਡੁਪਰ ਹਿੱਟ, ਯੂਥ ਦੇ ਵਿੱਚ ਕਿਤੇ ਆ ਜਾਏ ਸਿੰਗਰ, ਖੜ੍ਹ ਜਾਏ ਅਸੀਂ ਪਾਗਲ ਹੋ ਜਾਂਦੇ, ਲੋਕ ਮੀਂਹ ਹਨੇਰੀ ਵਿੱਚ ਖੜ੍ਹੇ ਰਹਿੰਦੇ ਉਹਨੂੰ ਦੇਖਣ ਵਾਸਤੇ, ਉਹਨਾਂ ਦੀ ਗੀਤ ਤੁਸੀਂ ਸੁਣੋ ਜੇ ਤਾਂ ਆਪਾਂ ਸੁਣ ਨਹੀਂ, ਮੇਰੇ ਤੋਂ ਨਹੀਂ ਪੂਰਾ ਗੀਤ ਸੁਣ ਹੁੰਦਾ, ਤੁਸੀਂ ਸੁਣ ਲਓ ਤਾਂ ਵੱਖਰੀ ਗੱਲ ਹੈ। ਇੱਦਾਂ ਜਦੋਂ ਹੰਸ ਰਾਜ ਹੰਸ ਸਾਹਿਬ ਵਧੀਆ ਗਾਉਂਦੇ, ਕਲਾਸੀਕਲ ਗਾਉਂਦੇ ਉਹ ਵੀ, ਅਤੇ ਉਹ ਹੁਣ ਮੋਟਰ 'ਤੇ ਕੋਈ ਪਿੰਡ ਦੇ ਵਿੱਚ ਕੈਸਟ ਲੈ ਆਇਆ ਹੰਸ ਰਾਜ ਹੰਸ ਸਾਹਿਬ ਦੀ, ਵੀ ਨਵੀਂ ਕੈਸਟ ਆਈ ਆ ਵੀ ਉਹ ਲਾਓ ਜੀ, ਉਹ ਲੈ ਕੇ ਅਤੇ ਮੋਟਰ ਦੇ ਵਿੱਚ ਟੇਬ ਰਿਕਾਰਡ ਦੇ ਵਿੱਚ ਲਾਈ, ਅਤੇ ਆਪ ਦੂਰ ਚਲੇ ਗਿਆ ਨੱਕਾ ਹੀ ਮੋੜਨ, ਤਾਂ ਆਵਾਜ਼ ਉੱਥੇ ਤੱਕ ਆਉਂਦੀ ਸੀਗੀ, ਚੰਗਾ ਭਲਾ ਗਾਣਾ ਚੱਲਦੇ ਚੱਲਦੇ ਅਤੇ ਵਿੱਚ ਹੰਸ ਰਾਜ ਹੰਸ ਨੇ ਅਲਾਪ ਲਾਇਆ, ਕਿਤੇ ਅਲਾਪ ਲਾਇਆ, ਨੀਨੀ ਸਾਸਾ ਰੇ ਰੇ ਸਾਸਾ, 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 ਅਤੇ ਉਹ ਦੂਰ ਕਿਤੇ ਜਿੱਦਾਂ ਨੱਕੇ ਮੋੜਦਾ ਜੀ, ਉਹਨੇ ਸੋਚਿਆ ਕਹਿੰਦਾ ਕੈਸਟ ਫਸ ਗਈ, ਭੱਜਾ ਭੱਜਾ ਆਇਆ, ਕੈਸਟ ਕੱਢੀ ਰਿਵਾਇੰਡ ਕਰਕੇ ਫੇਰ ਲਾ ਕੇ ਚਲੇ ਗਿਆ, ਅਤੇ ਫਿਰ ਥੋੜ੍ਹੀ ਦੇਰ ਬਾਅਦ ਫਿਰ ਜਦੋਂ ਅਲਾਪ ਆਇਆ ਤਾਂ ਫਿਰ ਸ਼ੁਰੂ ਹੋ ਗਿਆ, ਨੀਨੀ ਸਾਸਾ ਰੇ ਰੇ ਸਾਸਾ, ਨੀਨੀ ਸਾਸਾ ਰੇ ਰੇ ਸਾਸਾ, ਨੀਨੀ ਸਾ, ਫਿਰ ਭੱਜਾ ਆਇਆ, ਆ ਕੇ ਕੈਸਟ ਕੱਢੀ, ਟੇਬ ਰਿਕਾਰਡ ਬੰਦ ਕਰਕੇ ਉਹਨੂੰ ਥੁੱਕ ਲਾਇਆ, ਥੁੱਕ ਲਾ ਕੇ ਆਇਆ ਥੱਲੇ 2 ਵਾਰੀ ਇੱਦਾਂ ਕਰਕੇ, ਅਤੇ ਫਿਰ ਪਾ ਕੇ ਗਿਆ, ਜਦੋਂ ਤੀਜੀ ਵਾਰ ਫੇਲ ਆਪ ਆਇਆ ਤਾਂ ਉਦੋਂ ਆ ਕੇ ਉਹਨੇ ਕੈਸਟ ਕੱਢ ਕੇ ਬੰਦੇ ਨੇ ਸਾਈਡ 'ਤੇ ਰੱਖ ਤੀ, ਕਹਿੰਦਾ ਕੈਸਟ ਸਹੀ ਨਹੀਂ ਹੈ, ਕੈਸਟ ਝਿਰੀ ਪੈਂਦੀ ਹੈ, ਜਦੋਂ ਕੈਸਟ ਵਿੱਚ ਝਿਰੀ ਪੈਂਦੀ ਹੈ ਤਾਂ ਕੈਸਟ ਫਸ ਜਾਂਦੀ ਹੈ, ਇਸ ਕਰਕੇ ਕੈਸਟ ਕੱਲ੍ਹ ਨੂੰ ਵਾਪਸ ਕਰਕੇ ਆਊਂਗਾ, ਬਦਲ ਕੇ ਆਊਂਗਾ। ਸੋ ਇਹ ਗੱਲ ਹੈਗੀ ਹੈ ਵੀ ਜਿਹੋ ਜਿਹਾ ਅਸੀਂ ਕਾਨਰਸ ਬਣਾ ਲੈਂਦੇ ਹਾਂ ਉਹੋ ਜਿਹਾ ਸਾਡਾ ਬਣ ਜਾਂਦਾ ਹੈ। ਚੰਗੀ ਗਾਇਕੀ ਵਾਲੇ ਕਈ ਹੁਣ ਗਜ਼ਲਾਂ ਬਹੁਤ ਪਸੰਦ ਕਰਦੇ ਨੇ, ਗਜ਼ਲ ਲਾ ਕੇ ਬੈਠ ਕੇ ਆਰਾਮ ਨਾਲ ਸੁਣਨ ਦਾ ਨਜ਼ਾਰਾ ਆਪਣਾ ਆਉਂਦਾ। ਮੇਰਾ ਸ਼ੁਰੂ ਦੇ ਵਿੱਚ, ਮੈਂ ਸੱਚੀ ਮੁੱਚੀ, ਮੈਂ ਪੰਜਾਬ ਦੇ ਜਿਹੜੇ, ਮੈਂ ਚੰਡੀਗੜ੍ਹ ਰਹਿੰਦਾ ਸੀ, ਜੋ ਚੰਡੀਗੜ੍ਹ ਆਇਆ
ਅਤੇ ਮੇਰੇ ਵੱਡੇ ਬ੍ਰਦਰ ਪੀ ਐੱਚ ਡੀ ਹੈਗੇ ਸੀ, ਉਹਨਾਂ ਦੇ ਕੋਲ ਮੈਂ ਆਇਆ ਜੋ ਠਹਿਰਿਆ, ਅਤੇ ਉਹਨਾਂ ਦੀ ਸੰਗੀਤ ਵੀ ਉਹਨਾਂ ਦਾ ਹਾਈ ਲੈਵਲ ਸੀ, ਉਹਨਾਂ ਦੇ ਜਦੋਂ ਘਰ ਚੰਡੀਗੜ੍ਹ ਦੇ ਵਿੱਚ ਮੈਂ ਦੇਖਿਆ ਤਾਂ ਕੈਸਟਾਂ ਦੋ ਤਿੰਨ ਹੀ ਸੀਗੀਆਂ, ਮਹਿੰਦੀ ਹਸਨ ਸਾਹਿਬ, ਗੁਲਾਮ ਅਲੀ ਸਾਹਿਬ ਅਤੇ ਮੁਹੰਮਦ ਰਫੀ ਸਾਹਿਬ, ਅਤੇ ਇਹ ਉੱਪਰੋਂ ਇੱਕ ਬਾਅਦ ਦੇ ਵਿੱਚ ਕੈਸਟ ਜਿਹੜੀ ਆਈ ਸੀ ਗੁਰਦਾਸ ਮਾਨ ਦੀ ਮਾਮਲਾ ਗੜਬੜ, ਉਹ ਅਤੇ ਇਹੋ ਜਿਹੀਆਂ ਕੈਸਟਾਂ ਉਹਨਾਂ ਦੇ ਘਰ 'ਚ ਹੁੰਦੀ, ਤਾਂ ਉਹੀ ਮੈਂ ਸੰਗੀਤ ਸੁਣਿਆ, ਉਹ ਮੈਨੂੰ ਇਕੱਲੀਆਂ ਇਕੱਲੀਆਂ ਗਜ਼ਲਾਂ ਹਜੇ ਵੀ ਯਾਦ ਹੈਗੀਆਂ ਨੇ, ਸੋ ਉਹੋ ਜਿਹਾ ਟੇਸਟ ਤੁਹਾਡਾ ਬਣ ਜਾਂਦਾ। ਪਰ ਅਸੀਂ ਗੱਲ ਕਰੀਏ ਕਵਾਲੀਆਂ ਦੀ, ਇਹ ਵੀ ਆਉਣ ਵਾਲੇ ਸਮੇਂ 'ਚ ਲੱਗਦਾ ਵੀ ਜਿਵੇਂ ਅਸੀਂ ਬਾਕੀ ਗੱਲਾਂ ਕਰਦੇ ਹਾਂ ਅਲੋਪ ਹੋ ਰਿਹਾ ਵਿਰਸਾ ਸਾਡਾ, ਆਹ ਚੀਜ਼ ਅਲੋਪ ਹੋ ਗਈ, ਫਲਾਨੀ ਅਲੋਪ ਹੋ ਗਈ, ਫਲਾਨੀ ਹੋ ਗਈ, ਕਵਾਲੀਆਂ ਵੀ ਆਉਣ ਵਾਲੇ ਦਿਨ 'ਚ ਅਲੋਪ ਹੋਣ ਦੀ ਕਗਾਰ 'ਤੇ ਹੈਗੀਆਂ ਨੇ। ਬਹੁਤ ਘੱਟ ਦੇਖਣ ਸੁਣਨ ਨੂੰ ਮਿਲਦੀਆਂ ਕਵਾਲੀਆਂ, ਪਰ ਕਵਾਲੀਆਂ ਦਾ ਇੱਕ ਆਪਣਾ ਵੱਖਰਾ ਰੰਗ ਹੁੰਦਾ ਅਤੇ ਗਾਉਣ ਦਾ ਵੱਖਰਾ ਢੰਗ ਹੁੰਦਾ। ਹਰ ਬੰਦਾ ਕਵਾਲੀ ਨਹੀਂ ਗਾ ਸਕਦਾ, ਜਿਵੇਂ ਕਹਿੰਦੇ ਹਰ ਬੰਦਾ ਮਿਰਜ਼ਾ ਨਹੀਂ ਗਾ ਸਕਦਾ, ਹਰ ਬੰਦਾ ਕਵਾਲੀ ਵੀ ਨਹੀਂ ਗਾ ਸਕਦਾ। ਉਮੀਦ ਕਰਦੇ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ yaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ ਜੀ, ਉੱਤੇ ਵੀ ਤੁਸੀਂ ਸਾਡੇ ਮੈਸੇਜ ਛੱਡਦੇ ਹੋ। ਵਟਸਐਪ ਦਾ ਨੰਬਰ ਹੈਗਾ ਇੱਕ, ਉੱਤੇ ਵੀ ਮੈਸੇਜ ਛੱਡ ਦਿਓ। ਮੇਰਾ ਸੈੱਲ ਨੰਬਰ ਤੁਹਾਡੇ ਕੋਲ ਆਉਂਦਾ 209-475-3362, ਇਹ 'ਤੇ ਵੀ ਤੁਸੀਂ ਕਾਲ ਕਰਕੇ ਮੇਰੇ ਨਾਲ ਕੈਲੀਫੋਰਨੀਆ ਦੇ ਵਿੱਚ ਗੱਲਬਾਤ ਕਰਦੇ ਹੋ। ਮੈਂ ਬਹੁਤ ਧੰਨਵਾਦ ਕਰਦਾ, ਵੈਸਟ ਕੋਸਟ ਵਿੱਚ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦਾ। ਇੰਨਾ ਕੁ ਤਕੜਾ ਹੁੰਗਾਰਾ ਮੈਨੂੰ ਮਿਲਿਆ, ਮੈਨੂੰ ਕਈ ਤਾਂ ਕਹਿੰਦੇ ਯਾਰ ਤੂੰ ਤਾਂ ਬਾਹਲਾ ਨਹੀਂ, ਤੇਰੀ ਭਾਈ ਦੌੜ ਵੱਧ ਗਈ ਸੀ। ਮੈਂ ਕਿਹਾ ਵੀ ਇਸ ਭਾਈ ਦੌੜ 'ਚ ਨਜ਼ਾਰਾ ਆਉਂਦਾ, ਅੱਜ ਉੱਥੇ ਕੱਲ੍ਹ ਉੱਥੇ ਸਭ ਜਗ੍ਹਾ। ਆ ਵੀਕਐਂਡ 'ਤੇ ਸਨੋਜ਼ੇ ਸੀਗੇ, ਸਨੋਜ਼ੇ ਤੋਂ ਪਹਿਲਾਂ ਫਿਰ ਸਨੋਜ਼ੇ ਸੀਗੇ, ਫਿਰ ਦੋ ਤਿੰਨ ਜਗ੍ਹਾ ਸਟੋਕਟਨ ਗਏ, ਇੱਧਰ ਉੱਥੇ ਸਾਰੇ ਮਿਲ ਗਿਲ ਕੇ ਵਧੀਆ ਲੱਗਦਾ। ਜਿਵੇਂ ਕਿ ਇੱਥੇ ਯੂਨਾਈਟਿਡ ਸਪੋਰਟਸ ਕਲੱਬ ਦੀ ਮੀਟਿੰਗ ਸੀ, ਉਹ ਅਟੈਂਡ ਕੀਤੀ, ਬਾਕੀ ਸਾਰਾ ਕੁਝ ਵਧੀਆ ਲੱਗਦਾ। ਸਭ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਕੈਲੀਫੋਰਨੀਆ ਦੇ ਵਿੱਚ ਇੰਨਾ ਰਿਸਪੋਂਸ ਦੇਣ ਵਾਸਤੇ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।